ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਤੁਸੀਂ ਸ਼ਬਦ ਵਰਤਿਆ ਨਾ ਕਿ ਇਹ ਜਮਹੂਰੀ ਹੱਕਾਂ ਦੀ ਪਹਿਰੇਦਾਰੀ ਕਰਦਾ, ਹੁਣ ਜਿਹੜਾ ਜਮਹੂਰੀ ਹੱਕ ਹੈ ਜਾਂ ਮਨੁੱਖੀ ਅਧਿਕਾਰ ਦੀ ਆਪਾਂ ਗੱਲ ਕਰਦੇ ਹਾਂ, ਇਹ ਸ਼ਬਦ ਤੁਹਾਨੂੰ ਆਪਣੀ ਕਿਸੇ ਪੁਰਾਤਨ ਗ੍ਰੰਥ 'ਚੋਂ ਮਿਲ ਜੂਗਾ। 19ਵੀਂ ਸਦੀ ਤੋਂ ਪਹਿਲਾਂ ਸਾਡੀ ਕੋਈ ਰਚਨਾ ਚੁੱਕ ਲਓ, ਤੁਹਾਨੂੰ ਨਾ ਉਹਦੇ 'ਚ ਜਮਹੂਰੀ ਹੱਕ ਮਿਲੂ, ਨਾ ਉਹਦੇ 'ਚ ਮਨੁੱਖੀ ਅਧਿਕਾਰਾਂ ਦੀ ਗੱਲ। ਸੋ ਜਿਹਦਾ ਮਤਲਬ ਇਹ ਸ਼ਬਦ ਕਦੋਂ ਆਏ ਅਤੇ ਕਿਵੇਂ ਆਏ, ਕਿਸ ਲੋੜ 'ਚੋਂ ਆਏ, ਕੌਣ ਲੈ ਕੇ ਆਇਆ, ਫਿਰ ਉਹਨਾਂ ਨੂੰ ਯੂਨੀਵਰਸਲਾਈਜ਼ ਕਿਵੇਂ ਕਰਦਾ ਵੀ ਤੁਹਾਡੀਆਂ ਸਾਡੀਆਂ ਜ਼ਬਾਨ 'ਤੇ ਚੜ੍ਹ ਗਈ। ਸਾਨੂੰ ਇਹ ਲੱਗਦਾ ਵੀ ਇਹਨਾਂ ਸ਼ਬਦਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਇਹ ਪ੍ਰੋਬਲਮ ਹੈ। ਸੋ ਇਸ ਕਰਕੇ ਨਾ ਜਦੋਂ ਆਪਾਂ ਇਸ ਗੱਲ 'ਤੇ ਕਰਦੇ ਹਾਂ ਡੈਮੋਕਰੇਸੀ ਬਾਰੇ, ਡੈਮੋਕਰੇਸੀ ਜਮਹੂਰੀਅਤ ਇਹ ਸਾਡੀ ਕਿਸੇ ਵੀ ਪੁਰਾਤਨ ਰਚਨਾ 'ਚ ਇਹਦਾ ਕੋਈ ਜ਼ਿਕਰ ਨਹੀਂ, ਜਿਹਦਾ ਮਤਲਬ ਇਹ ਤੋਂ ਬਿਨਾਂ ਵੀ ਸਰਦਾ ਸੀ। ਅਤੇ ਪਰ ਇਹ ਫਿਰ ਕਦੋਂ ਆਇਆ ਸ਼ਬਦ, ਕੌਣ ਲੈ ਕੇ ਆਇਆ, ਅਤੇ ਉਹਨੇ ਫਿਰ ਸਾਰਿਆਂ ਦੇ ਦਿਮਾਗਾਂ 'ਚ ਕਿਵੇਂ ਪਾਇਆ। ਸੋ ਇਹ ਹੈ ਮਸਲਾ ਜਿਹੜਾ ਸਾਡੇ ਵਾਸਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਅਸੀਂ ਉਹਨੂੰ ਬੜੇ ਸੀਮਤ ਜਿਹੇ ਅਰਥਾਂ 'ਚ, ਪੋਲੀਟੀਕਲ ਇੱਕ ਸਿਰਫ ਸੀਮਤ ਅਰਥਾਂ 'ਚ ਗੱਲ ਕਰਦੇ ਹਾਂ। ਸੋ ਅਸਲ ਗੁਲਾਮੀ ਮਾਨਸਿਕ ਹੁੰਦੀ ਹੈ, ਜੇ ਮਾਨਸਿਕ ਗੁਲਾਮੀ ਨਾ ਹੋਵੇ ਦੂਜੀ ਗੁਲਾਮੀ ਨਹੀਂ ਹੋ ਸਕਦੀ। ਸੋ ਇਸ ਕਰਕੇ ਜਦੋਂ ਆਪਾਂ ਇਹ 'ਤੇ ਗੱਲ ਕਰਾਂਗੇ ਜਿਹੜੀ ਡੈਮੋਕਰੇਸੀ ਦਾ ਪੱਛਮੀ ਮਾਡਲ, ਤਾਂ ਇਹਦੇ 'ਚ ਇੱਕ ਅਪਰੋਚ ਇਹ ਹੁੰਦੀ ਹੈ ਕਿ ਤੁਸੀਂ ਉਹਨੂੰ ਹਿਸਟੋਰੀਸਾਈਜ਼ ਕਰੋ ਉਸ ਸੰਕਲਪ। ਹਿਸਟੋਰੀਸਾਈਜ਼ ਦਾ ਭਾਵ ਤੁਸੀਂ ਇਹ ਦੇਖੋ ਵੀ ਇਹ ਇਤਿਹਾਸ ਦੇ ਕਿਸ ਦੌਰ 'ਚ ਇਹ ਸ਼ਬਦ ਆਇਆ ਜਾਂ ਇਹ ਸੰਕਲਪ ਆਇਆ, ਇਹਨੂੰ ਕੌਣ ਲੈ ਕੇ ਆਇਆ, ਕਿਸ ਲੋੜ 'ਚੋਂ ਲੈ ਕੇ ਆਇਆ, ਨੰਬਰ ਇੱਕ। ਫਿਰ ਇਹ ਇਤਿਹਾਸ 'ਚ ਇਹਦੀ ਵਰਤੋਂ ਕਿਵੇਂ ਹੋਈ, ਫਿਰ ਤੁਹਾਨੂੰ ਸਮਝ ਆ ਵੀ ਕੀ ਹੈ। ਜੇ ਇਹਨਾਂ ਗੱਲਾਂ ਨੂੰ ਪਾਸੇ ਛੱਡ ਕੇ ਸ਼ਬਦ ਆ ਗਿਆ, ਪ੍ਰਚਲਿਤ ਹੋ ਗਿਆ, ਤੁਹਾਡੇ ਆਪਣੀਆਂ ਜ਼ਬਾਨਾਂ 'ਤੇ ਚੜ੍ਹ ਗਿਆ, ਜਿਹਦਾ ਮਤਲਬ ਅਸੀਂ ਉਹ ਇੰਟਰਨਲਾਈਜ਼ ਕਰ ਲਿਆ। ਸੋ ਅਸੀਂ ਆਪਣੀਆਂ ਗੱਲਾਂ ਛੱਡ ਕੇ ਅਸੀਂ ਕਿਸੇ ਹੋਰ ਦੀਆਂ ਗ੍ਰਹਿਣ ਕਰ ਲਈਆਂ। ਉਹ ਆਜ਼ਾਦੀ ਤਾਂ ਉੱਥੇ ਵੀ, ਉੱਥੇ ਫਿਰ ਡੈਮੋਕਰੇਸੀ ਕਿਹੜੀ, ਕਿਹਦੀ ਡੈਮੋਕਰੇਸੀ, ਕਾਹਦੇ ਵਾਸਤੇ ਡੈਮੋਕਰੇਸੀ। ਸੋ ਇਸ ਕਰਕੇ ਨਾ ਇਹ ਲੜਾਈ ਸਾਡੀ, ਮਤਲਬ ਇਹ ਬਹੁਤ ਵੱਡੀ ਲੜਾਈ ਹੈ ਜਿਹਦੀ, ਜਿਹਨੂੰ ਅਸੀਂ ਕਹਿੰਦੇ ਸਾਡਾ ਧਰਮ ਨਿਆਰਾ ਹੈ, ਨਿਆਰਾ ਹੈ ਅਤੇ ਆਪਦੇ ਆਪ 'ਚ ਸੁਤੰਤਰ ਹੈ ਅਤੇ ਸੰਪੂਰਨ। ਸਾਨੂੰ ਕਿਸੇ ਵਿਸਾਖੀ ਦੀ ਬਹੁਤੀ ਲੋੜ ਹੈ ਨਹੀਂ, ਸਭ ਕੁਛ ਅਸੀਂ ਉਹਦੇ ਵਿੱਚੋਂ ਕਰ ਸਕਦੇ ਹਾਂ, ਸਿਰਫ ਆਪਦੇ ਦਿਮਾਗਾਂ 'ਚੋਂ ਜਿਹੜੀਆਂ ਘੁਸੇੜਤੀਆਂ ਗੱਲਾਂ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ। ਹੁਣ ਆਪਾਂ ਇਹ ਲੈਣਾ ਵੀ ਇਹ ਜਿਹੜਾ ਡੈਮੋਕਰੇਸੀ ਦਾ ਸੰਕਲਪ ਹੈ ਇਹ ਕਦੋਂ ਆਇਆ ਅਤੇ ਕਿਵੇਂ ਆਇਆ। ਇਹਦੇ 'ਚ ਪਲੈਟੋ ਦੀ ਕਿਤਾਬ ਆਈ ਰਿਪਬਲਿਕ, ਉਸ ਤੋਂ ਬਾਅਦ ਅਰਿਸਟੋਟਲ ਦੀ ਕਿਤਾਬ ਆਈ ਪੋਲੀਟਿਕਸ, ਗ੍ਰੀਕ 'ਚ ਹੈ ਦੋਨੋਂ, ਅਤੇ ਇਹ ਅੱਜ ਤੋਂ ਘੱਟੋ ਘੱਟ 2500 ਸਾਲ ਪੁਰਾਣੀ ਗੱਲ ਹੈ। ਸੋ ਆਪਾਂ ਗੱਲ ਕਰਦੇ ਹਾਂ ਅਰਿਸਟੋਟਲ ਦੀ ਜਿਹੜੀ ਕਿਤਾਬ ਹੈ ਪੋਲੀਟਿਕਸ, ਉਸ ਦੇ ਵਿੱਚ ਉਹਨੇ ਕੀ ਕੀਤਾ ਕਿ ਜਿਹੜੇ ਉਸ ਵੇਲੇ ਤੱਕ ਪ੍ਰਚਲਿਤ ਸਿਸਟਮ ਸੀ ਉਹ ਸਾਰੇ ਸਟੱਡੀ ਕੀਤੇ। ਉਹ ਸਟੱਡੀ ਕਰਕੇ ਉਹ ਸਿਸਟਮ ਕੀ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਓਲੀਗਾਰਕੀ, ਮੋਨਾਰਕੀ, ਬਾਦਸ਼ਾਹ ਜਾਂ ਇੱਕ ਛੋਟੇ ਜਿਹੇ ਗਰੁੱਪ ਵੱਲੋਂ, ਟੋਲੇ ਵੱਲੋਂ ਲੋਕਾਂ ਦੇ ਉੱਤੇ ਰਾਜ ਕਰਨਾ, ਜਿਹੜਾ ਲੋਕਾਂ ਵੱਲੋਂ ਕਿਤੇ ਨਹੀਂ ਉਹ ਚੁਣਿਆ ਜਾਂ ਹੋਰ ਪ੍ਰਵਾਨਿਤ ਹੋਇਆ, ਸੁੱਖ ਸੰਭਾਵ ਉਹ ਸਿਸਟਮ ਸਾਰੇ, ਮਤਲਬ ਪਲੂਟੋਕਰੇਸੀ, ਫਲਾਨਾ ਧਮਕਾ, ਉਹਦੇ ਕਿੰਨੇ ਨਾਂ ਉਹਦੇ ਰੱਖੇ ਜਾ ਸਕਦੇ। ਸੋ ਗੱਲ ਇਹ ਸੀ ਕਿ ਉਹ ਇੱਕ ਛੋਟਾ ਜਿਹਾ ਟੋਲਾ ਹੁੰਦਾ, ਉਹ ਫਿਰ ਲੋਕਾਂ ਦੇ ਉੱਤੇ ਆਪਣਾ ਰਾਜ ਕਰਦਾ। ਸੋ ਅਰਿਸਟੋਟਲ ਨੇ ਕੀ ਕੀਤਾ ਵੀ ਉਹਨੇ ਉਹ ਸਾਰੇ ਸਟੱਡੀ ਕੀਤੇ ਸਿਸਟਮ, ਫਿਰ ਉਹ ਅਲਟੀਮੇਟਲੀ ਉਹ ਸਟੱਡੀ ਤੋਂ ਬਾਅਦ ਉਹ ਇਸ ਸਿੱਟੇ 'ਤੇ ਪਹੁੰਚਿਆ
ਕਹਿੰਦਾ ਡੈਮੋਕ੍ਰੇਸੀ ਇਜ ਪ੍ਰੋਬੇਬਲੀ ਦੀ ਬੈਸਟ ਸਿਸਟਮ ਇਹਨਾਂ ਸਾਰਿਆਂ 'ਚੋਂ। ਉਹ ਇਸ ਨਿਰਣੇ 'ਤੇ ਪਹੁੰਚ ਗਿਆ ਵੀ ਡੈਮੋਕ੍ਰੇਸੀ ਬੈਸਟ ਸਿਸਟਮ ਹੈ, ਬਟ ਨਾਲ ਉਹਨੇ ਬਟ ਲਾਇਆ, ਇਟ ਹੈਜ਼ ਪ੍ਰੋਬਲਮਸ, ਪਰ ਇਹਦੀਆਂ ਕੁਛ ਕਹਿੰਦਾ ਸਮੱਸਿਆਵਾਂ ਹੈ। ਉਹ ਕਹਿੰਦਾ ਡੈਮੋਕ੍ਰੇਸੀ ਕੀ ਹੈ, ਤੁਸੀਂ ਹਰ ਫਰੀ ਮੈਨ ਨੂੰ ਵੋਟ ਦਾ ਅਧਿਕਾਰ ਦਿੰਦੇ। ਹੁਣ ਫਰੀ ਮੈਨ ਕੀ, ਉਸ ਮੌਕੇ ਸਲੇਵ ਸਿਸਟਮ ਸੀ, ਸਲੇਵ ਨੂੰ ਕੋਈ ਅਧਿਕਾਰ ਨਹੀਂ, ਫਰੀ ਮੈਨ ਜਿਹੜਾ ਸਲੇਵ ਨਹੀਂ, ਸਲੇਵ ਨੂੰ ਵੋਟ ਦਾ ਅਧਿਕਾਰ ਨਹੀਂ, ਔਰਤ ਨੂੰ ਵੋਟ ਦਾ ਅਧਿਕਾਰ ਨਹੀਂ, ਇਹ ਦੋ ਸੈਕਸ਼ਨ ਬਾਹਰ ਕੱਢਤੇ। ਸੋ ਵੋਟ ਦਾ ਅਧਿਕਾਰ ਹੀ ਪਹਿਲਾਂ ਰਿਸਟ੍ਰਿਕਟ ਕਰ ਲਿਆ, ਸੰਘੇੜ ਲਿਆ। ਉਹ ਕਹਿੰਦਾ ਵੀ ਉਹਦੇ 'ਚ ਵੀ ਪ੍ਰੋਬਲਮ ਹੈ, ਜੇ ਤੁਸੀਂ ਸਾਰੇ ਫਰੀ ਮੈਨ ਜਿਹੜੇ ਮੈਨ ਹੈ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਦਿੰਦੇ। ਕਹਿੰਦਾ ਦੈਨ ਪੂਅਰ ਵਿਲ ਬੀ ਇਨ ਦੀ ਮਜੋਰਿਟੀ, ਕਿਉਂਕਿ ਪੂਅਰ ਮਜੋਰਿਟੀ ਹੋਊਗਾ, ਪੂਅਰ ਇਹਦਾ ਮਤਲਬ ਰਿਚ ਤਾਂ ਮਜੋਰਿਟੀ ਹੋ ਹੀ ਨਹੀਂ ਸਕਦੇ, ਫਿਰ ਰਿਚ ਕਿਵੇਂ ਹੋਣਗੇ ਜੇ ਦੂਜਿਆਂ ਦੀ ਲੁੱਟ ਕਰਕੇ, ਮਤਲਬ ਰਿਚ ਤਾਂ ਹੋਊ ਮਨੋਰਿਟੀ ਨਾ, ਪਰ ਉਹਨੇ ਮਨੋਰਿਟੀ ਨੇ ਮਜੋਰਿਟੀ 'ਤੇ ਰਾਜ ਕਰਨਾ। ਹੁਣ ਆਹ ਹੈ ਕੁੰਡੀ ਕਿ ਮਨੋਰਿਟੀ ਨੇ ਮਜੋਰਿਟੀ 'ਤੇ ਰਾਜ ਕਰਨਾ, ਪਰ ਰਾਜ ਇਹੋ ਜਿਹੇ ਤਰੀਕੇ ਨਾਲ ਕਰਨਾ ਕਿ ਮਜੋਰਿਟੀ ਨੂੰ ਇਹ ਲੱਗੇ ਕਿ ਸਾਡਾ ਰਾਜ ਹੈ, ਨਹੀਂ ਤਾਂ ਉਹ ਕਹਿਣਗੇ ਤਾਂ ਉਹੀ ਫਿਰ ਬਾਦਸ਼ਾਹਤ ਓਲੀਗਾਰਕੀ ਹੈ, ਇਹ ਮਨਾਰਕੀ ਹੈ, ਇਹ ਡੈਮੋਕ੍ਰੇਸੀ ਕਿਹੜੀ ਹੈ। ਸੋ ਐਕਚੁਅਲੀ ਇਹ ਹੈ ਕਿ ਇਹ ਡਿਵਾਈਸ ਸੀ, ਇੱਕ ਜੁਗਤ ਸੀ ਜਿਹੜੀ ਇਜਾਦ ਕੀਤੀ ਗਈ ਕਿ ਲੋਕਾਂ ਨੂੰ ਇਹ ਭਰਮ 'ਚ ਕਿਵੇਂ ਰੱਖਣਾ ਹੈ, ਇਹ ਤੁਹਾਡਾ ਹੀ ਰਾਜ ਹੈ, ਜਦੋਂ ਕਿ ਅਸਲ 'ਚ ਉਹਨਾਂ ਦਾ ਰਾਜ ਨਹੀਂ ਹੋਣਾ ਚਾਹੀਦਾ। ਉਹਦਾ ਮਤਲਬ ਇਹ ਸੀ, ਜਦੋਂ ਕਹਿਣਾ ਇਟ ਹੈਜ਼ ਪ੍ਰੋਬਲਮ, ਵੀ ਜੇ ਇਹ ਗਰੀਬਾਂ ਦੇ ਹੱਥ 'ਚ ਤਾਕਤ ਆ ਗਈ ਵੋਟ ਨਾਲ, ਫਿਰ ਉਹ ਦੂਜਿਆਂ ਦੀਆਂ ਜਾਇਦਾਦਾਂ ਖੋ ਲੈਣ, ਉਹ ਜਾਇਦਾਦਾਂ ਨਹੀਂ ਖੁੱਸਣੀਆਂ ਚਾਹੀਦੀਆਂ, ਅਮੀਰ ਆਦਮੀ ਦੇ ਹਿੱਤਾਂ 'ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ। ਫਿਰ ਉਹਨੇ ਉਹਦੀ ਰੈਮੇਡੀ ਜਾਂ ਹੱਲ ਦੱਸਿਆ, ਵੀ ਇਹਦਾ ਹੱਲ ਕੀ ਹੈ। ਜਿਹੜਾ ਅਰਿਸਟੋਟਲ ਨੇ ਦੱਸਿਆ ਉਹ ਤਾਂ ਇਹ ਸੀ ਕਿ ਤੁਸੀਂ ਬਰਾਬਰੀ ਤਾਂ ਨਹੀਂ ਲਿਆ ਸਕਦੇ, ਕਿਉਂਕਿ ਅਮੀਰ ਤਾਂ ਰਹਿਣੇ ਚਾਹੀਦੇ, ਅਮੀਰਾਂ ਦੀ ਜਾਇਦਾਦ ਵੀ ਰਹਿਣੀ ਚਾਹੀਦੀ ਹੈ, ਪਰ ਜਿਹੜੀ ਇਨਇਕੁਐਲਿਟੀ ਹੈ ਉਹਨੂੰ ਜਿੰਨਾ ਘਟਾ ਸਕਦੇ ਹੋ ਘਟਾਓ, ਤਾਂ ਕਿ ਲੋਕਾਂ ਦੀ ਜਿਹੜੀ ਬੇਚੈਨੀ ਜਾਂ ਵੱਧ ਜਾਣੀ ਹੈ ਉਹਨੂੰ ਮਿਟੀਗੇਟ ਕਰੋ, ਉਹਨੂੰ ਮਿੱਠੀ ਪਾਓ ਜਿੰਨੀ ਪਾ ਸਕਦੇ ਹੋ, ਅਤੇ ਤਾਂ ਕਿ ਉਹ ਉਹਦੇ 'ਤੇ ਵਰਚੇ ਰਹਿਣ, ਅਤੇ ਨਾਲ ਸੋਸ਼ਲ ਵੈਲਫੇਅਰ। ਹੁਣ ਇਹ ਸੋਸ਼ਲ ਵੈਲਫੇਅਰ ਦਾ ਇਹ ਕਨਸੈਪਟ, ਇਹ ਵੀ ਪੱਛਮੀ ਕਨਸੈਪਟ, ਇਹ ਸਾਰੀਆਂ ਗੱਲਾਂ, ਇਹ ਜਮਹੂਰੀਅਤ, ਸੋਸ਼ਲ ਵੈਲਫੇਅਰ, ਮਨੁੱਖੀ ਅਧਿਕਾਰ, ਜਮਹੂਰੀ ਹੱਕ, ਇਹ ਸਾਡੇ ਵੀ ਹੈਗੀਆਂ ਸੀ, ਅਸੀਂ ਇਹ ਸ਼ਬਦ ਨਹੀਂ ਸੀ ਵਰਤਦੇ, ਸਾਡੇ ਕਿਤੋਂ ਹੋਰ ਆਏ, ਕਿਸੇ ਹੋਰ ਸਰੋਕਾਰ 'ਚੋਂ, ਇਹਨਾਂ ਦੇ ਕਿਸੇ ਹੋਰ ਸਰੋਕਾਰ 'ਚੋਂ ਆਏ। ਇਹਨਾਂ ਦਾ ਸਰੋਕਾਰ ਕੀ ਹੈ, ਵੀ ਅਸੀਂ ਅਮੀਰਾਂ ਨੇ ਗਰੀਬਾਂ 'ਤੇ ਰਾਜ ਕਰਨਾ, ਉਹਦੇ ਵਾਸਤੇ ਫਿਰ ਕੁਛ ਨੋਰਮਸ ਘੜਦੇ ਹੈ, ਅਤੇ ਇਹ ਇਨਸ਼ੋਰ ਕਰਦੇ ਨੇ ਵੀ ਇਹ ਰਾਜ ਤਾਂ ਉਹਨਾਂ ਦੇ ਰਹਿਣਾ ਚਾਹੀਦਾ। ਸੋ ਅਰਿਸਟੋਟਲ ਦੀ ਜਿਹੜੀ ਸਾਰੀ ਸੀਗਾ ਮਾਡਲ, ਉਹ ਸੀ ਏਥਨਸ, ਇੱਕ ਸ਼ਹਿਰ, ਉਦੋਂ ਸਿਟੀ ਸਟੇਟਸ ਹੁੰਦੀਆਂ ਸੀ, ਰੋਮ, ਏਥਨਸ, ਮਕਦੂਨੀਆ, ਮਤਲਬ ਉਦੋਂ ਰਾਜ ਇਸ ਤਰ੍ਹਾਂ ਹੀ ਸੀਗੇ, ਸਿਟੀ ਸਟੇਟਸ। ਸੋ ਉਹਨੇ ਫਿਰ ਇਹ ਲਿਆਂਦਾ, ਜਿੱਥੋਂ ਫਿਰ ਇਹ ਇੱਕ ਵੀ ਜਦ ਵੋਟ ਦਾ ਅਧਿਕਾਰ ਹੋਵੇ ਪਰ ਉਹ ਰਿਸਟ੍ਰਿਕਟਡ ਹੋਵੇ, ਔਰਤਾਂ ਨੂੰ ਨਾ ਦਿਓ ਅਤੇ ਗੁਲਾਮਾਂ ਨੂੰ ਨਾ ਦਿਓ, ਅਤੇ ਦੂਜੀ ਗੱਲ ਵੀ ਇਹ ਇਨਸ਼ੋਰ ਕਰੋ ਵੀ ਉਹ ਅਮੀਰਾਂ ਦੀ ਪ੍ਰੋਪਰਟੀ ਨਾ ਖੋਣ ਤੱਕ ਚਲੇ ਜਾਣ। ਸੋ ਜਿਹਦੇ ਵੱਲੋਂ ਥੋੜ੍ਹੇ ਬੁਰਕੀਆਂ ਸੁੱਟੀ ਚੱਲੋ, ਐਸ 'ਚੋਂ ਆਇਆ। ਹੁਣ ਤੁਸੀਂ ਦੇਖੋ ਇਹ ਕਿੱਡੀ ਕੁ ਨੇਕ ਭਾਵਨਾ ਜਿੱਥੋਂ ਇਹ ਗੱਲ ਆਈ, ਜਿਹੜੀਆਂ ਸਾਡੀਆਂ ਗੱਲਾਂ ਆਈਆਂ ਜੋ ਗੁਰੂ ਲੈ ਕੇ ਆਏ ਉਹ ਕਿਸੇ ਵੱਡੇ ਕੰਸਰਨ 'ਚੋਂ ਲੈ ਕੇ ਆਏ, ਉਹ ਆਪਾਂ ਬਾਅਦ 'ਚ ਕਰਾਂਗੇ, ਅਜੇ ਮੈਂ ਇਸ ਬਾਰੇ ਗੱਲ ਕਰ ਰਿਹਾ। ਜਿਹੜਾ ਸਿੱਖ ਵਿਊ ਆਫ ਡੈਮੋਕ੍ਰੇਸੀ ਹੈ ਉਹ ਕੀ ਹੈ ਭਲਾ, ਉਹ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਆਪਾਂ ਇਹਦੀ ਗੱਲ ਕਰਦੇ। ਸੋ ਇਹ ਤਾਂ ਉਹਨਾਂ ਦਾ ਗੁਰੂ ਸੀ ਨਾ, ਅਰਿਸਟੋਟਲ ਅਤੇ ਪਲੈਟੋ ਜਿਹੜੇ ਲੈ ਕੇ ਆਏ, ਅਤੇ ਬੜੇ ਨੰਗੇ ਚਿੱਟੇ ਸ਼ਬਦਾਂ ਦੇ ਵਿੱਚ ਲੈ ਕੇ।
ਹੁਣ ਉਸ ਤੋਂ ਬਾਅਦ ਜਿਹੜੀ ਡੈਮੋਕ੍ਰੇਸੀ ਦਾ ਕਨਸੈਪਟ ਅਤੇ ਸਾਰਾ ਇਹਦਾ ਅਮਲ ਜਿਹੜਾ ਇੰਪਰੂਵ ਹੋਇਆ, ਪਰਫੈਕਟ ਹੋਇਆ ਜਾ ਕੇ, ਉਹ ਉਹਦੇ ਦੋ ਬਣਦੇ ਨੇ, ਇੱਕ ਇੰਗਲੈਂਡ ਇੱਕ ਅਮਰੀਕਾ, ਜਿੱਥੇ ਅੱਜ ਵੀ ਕਹਿੰਦੇ ਵੀ ਉੱਥੇ ਮਚਿਓਰ ਡੈਮੋਕ੍ਰੇਸੀ, ਉੱਥੇ ਵਰਕਿੰਗ ਡੈਮੋਕ੍ਰੇਸੀ, ਉੱਥੇ ਸਾਡੇ ਵਾਂਗੂ ਹੈਗੀ, ਮਤਲਬ ਉਹਨਾਂ ਦੇ ਸਿਸਟਮ ਬੜੇ ਪਰਫੈਕਟ, ਜੋ ਨਾ ਹੋਣ ਤਾਂ ਉਹ ਚੱਲਣ ਨਾ, ਪਰ ਉਹ ਪਰਫੈਕਟ ਕੀ ਨੇ। ਹੁਣ ਜਿਹੜਾ ਅਮਰੀਕਾ ਦੇ ਵਿੱਚ ਜੋ ਵੀ ਸਾਰਾ ਇੱਕ ਕਨਸੈਪਟ ਗਾਂ ਫਿਰ ਇੰਪਰੂਵ ਹੋਇਆ, ਰਿਫਾਈਨ ਹੋਇਆ ਅਤੇ ਮੁੜ ਕੇ ਉਹਨੇ ਇੱਕ ਪੂਰਾ ਰੂਪ ਧਾਰਨ ਕੀਤਾ, ਉਹਦੇ ਵਿੱਚ ਤਾਂ ਸੈਂਕੜਿਆਂ ਦੀ ਗਿਣਤੀ 'ਚ ਸਕੋਲਰਸ ਦਾ ਰੋਲ ਹੈ, ਇੱਕ ਦਾ ਨਹੀਂ, ਪਰ ਫਿਰ ਵੀ ਉਹਨਾਂ 'ਚੋਂ ਕੁਛ ਬੰਦੇ ਨੇ ਜਿਨ੍ਹਾਂ ਦੇ ਆਪਾਂ ਨਾਂ ਗਿਣ ਸਕਦੇ ਹਾਂ, ਜਿਨ੍ਹਾਂ 'ਚੋਂ ਇੱਕ ਜਿਹੜਾ ਹੈ ਉਹ ਜੇਮਸ ਮੈਡੀਸਨ ਸੀ, ਉਹ ਫੋਰਥ ਪ੍ਰੈਜੀਡੈਂਟ ਸੀ ਅਮਰੀਕਾ ਦਾ, ਅਤੇ ਜਿਹੜਾ ਪਹਿਲਾ ਪ੍ਰੈਜੀਡੈਂਟ ਸੀ ਜਾਰਜ ਵਾਸ਼ਿੰਗਟਨ, ਉਹਦਾ ਉਹ ਸਲਾਹਕਾਰ ਸੀ, ਅਤੇ ਐਡਾ ਬ੍ਰਿਲੀਅੰਟ ਮਾਇੰਡ ਸੀ ਵੀ ਪ੍ਰਿੰਸਟਨ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕਰਨ ਗਿਆ, 3 ਸਾਲਾਂ ਦਾ ਕੋਰਸ ਸੀ, 2 ਸਾਲਾਂ 'ਚ ਪੂਰਾ ਕਰ ਲਿਆ। ਉਦੋਂ ਪ੍ਰਿੰਸਟਨ ਯੂਨੀਵਰਸਿਟੀ ਨੂੰ ਕਾਲਜ ਆਫ ਨਿਊ ਜਰਸੀ ਕਹਿੰਦੇ ਹੁੰਦੇ ਸੀ, ਪਰ ਉਹਦਾ ਪੱਧਰ ਸੀ ਪੂਰਾ ਉਦੋਂ ਵੀ ਇੱਕ ਮਤਲਬ ਨਾਮਵਰ ਇੰਸਟੀਟਿਊਸ਼ਨ ਸੀ। ਸੋ ਫਿਰ ਇਹ ਜੇਮਸ ਮੈਡੀਸਨ ਨੇ ਉਹਨੂੰ ਇੰਪਰੂਵ ਸਾਰਾ ਉਹ ਵਿਚਾਰ ਲੈ ਕੇ ਆਏ। ਚਲੋ ਇਹ ਇੱਕ ਲੰਬੀ ਕਹਾਣੀ, ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦਾ, ਫੈਡਰਲਿਜ਼ਮ ਦਾ ਕਨਸੈਪਟ ਕਿਵੇਂ ਆਇਆ, ਪ੍ਰਵਾਨ ਕਿਵੇਂ ਹੋਇਆ, ਉਹ ਤਾਂ ਇੱਕ ਬਹੁਤ ਹੀ ਪ੍ਰੋਸੈਸ ਹੀ ਵੱਖਰਾ, ਜਿੱਥੇ ਪੈਰ ਪੈਰ ਇੱਕ ਤਾਂ ਉਹਨੂੰ ਇੰਗਲੈਂਡ ਤੋਂ ਆਜ਼ਾਦ ਹੋਣ ਦੀ ਲੜਾਈ ਲੜੀ ਨਾ ਉਹਨਾਂ, ਉਹ ਲੜਾਈ ਨੇ ਉਹਨਾਂ ਨੂੰ ਬੜਾ ਕੁਛ ਉਹਨਾਂ ਦੇ ਵਿੱਚ ਭਰਿਆ ਆਜ਼ਾਦੀ ਬਾਰੇ। ਸੋ ਆਜ਼ਾਦੀ ਨਾਲ ਪਿਆਰ ਹੈ ਉਹਨਾਂ ਲੋਕਾਂ ਨੂੰ। ਅਤੇ ਦੂਜਾ ਸਟੇਟਸ, ਪਹਿਲਾਂ 13 ਸਟੇਟਸ ਹੀ ਸੀ ਉਹਨਾਂ ਨਾਲ ਜਿਹੜੀਆਂ ਜੁੜੀਆਂ, ਜਿਹੜੀ ਉਹ ਫੈਡਰਲ ਗੌਰਮੈਂਟ ਬਣੀ, ਬਾਕੀ ਸਟੇਟਸ ਉਹਨਾਂ ਦੀ ਕਨਫੈਡਰੇਸ਼ਨ ਸੀਗੀ। ਉਹ ਸਟੇਟਸ ਤਾਂ ਪੈਰ ਪੈਰ 'ਤੇ ਅੜੀ ਗਈਆਂ ਫੈਡਰਲਿਜ਼ਮ ਦੇ ਮਸਲੇ 'ਤੇ, ਵੀ ਆਹ ਅਧਿਕਾਰ ਨਹੀਂ ਅਸੀਂ ਫੈਡਰਲ ਗੌਰਮੈਂਟ ਨੂੰ ਦੇਣਾ, ਆਹ ਨਹੀਂ ਦੇਣਾ, ਆਹ ਨਹੀਂ ਦੇਣਾ। ਉੱਥੇ ਉਹ ਜਿਹੜਾ ਸਾਰਾ ਫੈਡਰਲ ਜੋ ਉੱਭਰਿਆ, ਉਹ ਤਾਂ ਇੰਚ ਇੰਚ ਦੀ ਲੜਾਈ ਹੋਈ ਹੈ, ਇੱਕ ਇੱਕ ਗੱਲ 'ਤੇ। ਸਾਡੇ ਕਿੱਥੇ ਹੋਈ ਹੈ, ਸਾਡਾ ਕੰਸਟੀਟਿਊਸ਼ਨ ਕਿਵੇਂ ਹੋਂਦ 'ਚ ਆਇਆ, ਇੱਕ ਕੰਸਟੀਚੁਐਂਟ ਅਸੈਂਬਲੀ ਬਣ ਗਈ ਸਾਰੀ ਸਾਂਝੀ ਜੀ, ਅਤੇ ਉਹਦੇ ਵਿੱਚੋਂ ਮਤਲਬ ਇੱਕ ਟੀਮ ਬਣ ਗਈ 7 ਮੈਂਬਰਾਂ ਦੀ, ਉਹਨਾਂ ਨੇ ਕੰਸਟੀਟਿਊਸ਼ਨ ਲਿਖ ਲਿਆ। ਆਫਕੋਰਸ ਉਹਦਾ ਚੇਅਰਮੈਨ ਅੰਬੇਦਕਰ ਸੀਗਾ। ਹੁਣ ਡਾਕਟਰ ਅੰਬੇਦਕਰ ਖੁਦ ਮਤਲਬ ਸਾਰੀ ਉਹ ਵੈਸਟਰਨ ਐਜੂਕੇਸ਼ਨ ਦਾ ਉਹ ਕਨਸੈਪਟ ਦਾ ਉਹ ਆਪ ਹੀ ਕਹਿੰਦਾ ਵੀ ਉਹੀ ਪੜ੍ਹਿਆ ਹੋਇਆ ਸੀ, ਖੈਰ ਦਲਿਤ ਦਲਿਤ ਭਾਈਚਾਰੇ ਨੂੰ ਦੈਟ ਵੇ ਉਹਦੇ ਹਿੱਤਾਂ ਵਾਸਤੇ ਉੱਠ ਸੀ ਵੀ ਠੀਕ। ਅਤੇ ਚਲੋ ਆਪਾਂ ਉਸ ਡਿਟੇਲ 'ਚ ਨਾ ਜਾਈਏ ਵੀ ਇੱਥੇ ਤਾਂ ਕੰਸਟੀਟਿਊਸ਼ਨ ਹੋਂਦ ਹੀ ਹੋਰ ਤਰ੍ਹਾਂ ਆਇਆ, ਇੱਥੇ ਤਾਂ ਉਹ ਜਿਵੇਂ ਖਰਾਤ ਦੇ ਰਹੇ ਨੇ ਵੀ ਅਸੀਂ ਚਲੋ ਆਹ ਮਨਿਓਰਟੀ ਨੂੰ ਇੰਨੀ ਕੁ ਦੇ ਦਿੰਦੇ ਹਾਂ, ਉਹ ਵੀ ਨਹੀਂ ਦੇਣ ਨੂੰ ਤਿਆਰ ਸੀ। ਉੱਥੇ ਉਹ ਅਗਲੇ ਧੌਣ 'ਤੇ ਗੋਡਾ ਰੱਖ ਕੇ ਮਨਾ ਰਹੇ, ਆਹ ਫਰਕ ਹੈ ਦੋਵਾਂ ਥਾਵਾਂ ਦਾ। ਹੋਰ ਉਹਨਾਂ ਨੇ ਕੋਈ ਚਾਰ ਨੂੰ ਨਹੀਂ ਸੀ ਦਿੱਤੇ, ਇਹ ਜਿਹੜੇ ਸਾਰੇ ਰਾਈਟ ਸਟੇਟਾਂ ਨੂੰ ਦਿੱਤੇ ਜਾਂ ਲੋਕਾਂ ਨੂੰ ਦਿੱਤੇ। ਹੁਣ ਉਹਦੇ ਵਿੱਚ ਜਿਹੜੀ ਗੱਲ ਆਈ, ਮਤਲਬ ਜੇਮਸ ਮੈਡੀਸਨ ਨੇ ਵੀ ਇਹੀ ਗੱਲ ਕਹੀ, ਉਹੀ ਗੱਲ ਅਰਿਸਟੋਟਲ ਆਈ ਵੀ ਸਿਸਟਮ ਇਹ ਬੈਸਟ ਹੈ, ਇਹਦੂ ਬਿਨਾਂ ਗੁਜ਼ਾਰਾ ਨਹੀਂ। ਕਿਉਂਕਿ ਉਹਦੇ ਸਾਹਮਣੇ ਅਰਿਸਟੋਟਲ ਸਾਹਮਣੇ ਏਥਨਸ ਦਾ ਮਾਡਲ ਸੀ, ਅਤੇ ਜੇਮਸ ਮੈਡੀਸਨ ਦੇ ਸਾਹਮਣੇ ਇੰਗਲੈਂਡ ਦਾ ਮਾਡਲ ਸੀ। ਉਹਨੇ ਉਹਦੇ ਬੇਸ ਕੀਤਾ ਵੀ ਇਹਦੇ 'ਚ ਹੋਰ ਕੀ ਇੰਪਰੂਵਮੈਂਟਸ ਹੋ ਸਕਦੀਆਂ। ਸੋ ਉੱਥੇ ਜੇ ਤੁਸੀਂ ਸੁਣਿਆ ਹੋਣਾ ਨਿਊਯਾਰਕ 'ਚ ਮੈਡੀਸਨ ਸਕੇਅਰ, ਜਿੱਥੇ ਜਦੋਂ ਮਤਲਬ ਮੋਦੀ ਵੀ ਜਾਂਦਾ ਉੱਥੇ ਉਹ ਹੁੰਦਾ ਹੈ ਨਾ, ਆਪਣੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੁਲਾਈ ਸਿੱਖ ਕਨਵੈਨਸ਼ਨ ਹੋਈ, ਉਹ ਵੀ ਉੱਥੇ ਹੋਈ। ਸਭ ਤੋਂ ਮਹਿੰਗੀ ਜਗ੍ਹਾ 'ਤੇ ਇੰਪੋਰਟੈਂਟ ਉਹ ਇਸੇ ਸ਼ਖਸ਼ ਦੇ ਨਾਂ 'ਤੇ ਉਹ ਬਣਿਆ ਹੋਇਆ। ਸੋ ਇਹ ਫੋਰਥ ਪ੍ਰੈਜੀਡੈਂਟ ਸੀ ਜਿਹੜਾ 2 ਟਰਮਾਂ ਦੇ ਵਿੱਚ 8 ਸਾਲ ਪ੍ਰੈਜੀਡੈਂਟ ਰਿਹਾ, ਪਹਿਲਾਂ ਉਹ ਸੈਕਟਰੀ ਆਫ ਸਟੇਟ ਰਿਹਾ, ਮਤਲਬ ਬੜਾ ਇੰਪੋਰਟੈਂਟ ਬੰਦਾ ਸੀ।
ਹੁਣ ਤੁਸੀਂ ਉਹ ਦੇਖੋ ਉਹ ਕੀ ਕਹਿ ਰਿਹਾ ਡੈਮੋਕ੍ਰੇਸੀ ਬਾਰੇ, ਜਿਹਨੂੰ ਮੈਂ ਆਪਾਂ ਕਹਿੰਦੇ ਹਾਂ ਨਾ ਵੀ ਇਹਨੂੰ ਹਿਸਟੋਰੀਸਾਈਜ਼ ਕਰੋ ਫਿਰ ਤੁਹਾਨੂੰ ਪਤਾ ਲੱਗੂ। ਮੈਂ ਤੈਨੂੰ ਉਹਦੇ ਲਾਈਨਾਂ ਹੀ ਮਤਲਬ ਪੜ੍ਹ ਕੇ ਸੁਣਾਉਣਾ। ਇਹਨੇ ਵੀ ਉਹੀ ਪੁਆਇੰਟ ਬਣਾਇਆ ਜਿਹੜਾ ਆਪਣਾ ਬਣਾਇਆ ਸੀਗਾ ਅਰਿਸਟੋਟਲ ਨੇ। ਕਹਿੰਦਾ ਇਫ ਫਰੀ ਮੈਨ ਹੈਡ ਡੈਮੋਕ੍ਰੇਸੀ ਦੈਨ ਦੀ ਪੂਅਰ ਫਾਰਮਰਸ ਵੁੱਡ ਇਨਸਿਸਟ ਔਨ ਟੇਕਿੰਗ ਪ੍ਰੋਪਰਟੀ ਫਰਾਮ ਦੀ ਰਿਚ। ਵੀ ਆਹ ਇੱਕ ਖਤਰਾ ਹੈ ਡੈਮੋਕ੍ਰੇਸੀ ਦਾ, ਸੋ ਉਹ ਖਤਰੇ ਤੋਂ ਕਦੇ ਵੀ ਅਵੇਸਲੇ ਨਹੀਂ ਹੋਏ ਵੀ ਡੈਮੋਕ੍ਰੇਸੀ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਡੈਮੋਕ੍ਰੇਸੀ 'ਚ ਇੱਕ ਲੁਕਿਆ ਪਿਆ ਖਤਰਾ, ਉਹ ਖਤਰੇ ਨੂੰ ਕਿਵੇਂ ਟਾਲਣਾ, ਬਸ ਉਹਦੇ 'ਚ ਉਹ ਲਗਾਤਾਰ ਨਵੀਆਂ ਤੋਂ ਨਵੀਆਂ ਘਾੜਤਾਂ ਅਤੇ ਯੋਗਤਾਂ ਉਹ ਇੰਪਰੂਵ ਕਰਦੇ ਆਏ। ਉਹਦਾ ਫਿਰ ਉਹਨੇ ਹੱਲ ਦਿੱਤਾ ਵੀ ਇਹਨੂੰ ਇਹ ਥਰੈਟ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ, ਇਹ ਅਣਹੋਣੀ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ ਵੀ ਉਹ ਕਿਤੇ ਉਹਨਾਂ 'ਤੇ ਕਬਜ਼ਾ ਹੀ ਨਾ ਕਰ ਲੈਣ ਸਾਰੇ ਕੁਛ ਤੇ। ਹਾਂ, ਕਹਿੰਦਾ ਵੀ ਸ਼ੁੱਡ ਰਿਡਿਊਸ ਡੈਮੋਕ੍ਰੇਸੀ ਸੋ ਦੀ ਪੂਅਰ ਬੌਂਡ ਵੀ ਏਬਲ ਟੂ ਗੈਟ ਟੂਗੈਦਰ ਟੂ ਡੂ ਦਿਸ। ਵੀ ਉਹ ਡੈਮੋਕ੍ਰੇਸੀ ਦੇ ਇੰਨੇ ਕੁ ਪੇਚ ਕੱਸ ਦਿਓ ਕਿ ਜਿਹੜੇ ਗਰੀਬ ਬੰਦੇ ਨੇ ਉਹ ਕਿਤੇ ਇੱਕ ਮੁੱਠ ਜਾਂ ਜਥੇਬੰਦ ਹੋ ਕੇ ਉਹ ਤੁਹਾਡੇ ਉੱਥੋਂ ਕੁਛ ਖੋ ਨਾ ਸਕਣ। ਇਹ ਸੀ ਉਹਦਾ, ਉਹ ਕਹਿੰਦਾ ਸਤਾ ਉਹਨਾਂ ਲੋਕਾਂ ਦੇ ਹੱਥ 'ਚ ਰਹੇ ਜਿਨ੍ਹਾਂ ਦੀਆਂ ਹਮਦਰਦੀਆਂ ਅਮੀਰ ਲੋਕਾਂ ਨਾਲ ਅਤੇ ਪ੍ਰੋਪਰਟੀ ਨਾਲ, ਪ੍ਰੋਪਰਟੀ ਲੋਕ ਜਿਹੜੇ ਜਾਇਦਾਦਾਂ ਦੇ ਮਾਲਕ ਲੋਕਾਂ ਨਾਲ ਹੈ, ਜਾਇਦਾਦਾਂ ਤੋਂ ਵਿਹੂਣੇ ਲੋਕਾਂ ਨਾਲ ਵੀ। ਸੋ ਜੇ ਉਹ ਹਮਦਰਦ ਨੂੰ ਫਿਰ ਭਾਵੇਂ ਗਰੀਬਾਂ 'ਚੋਂ ਵੀ ਚੁਣ ਕੇ ਆ ਜਾਣ ਕੋਈ ਗੱਲ ਨਹੀਂ। ਸੋ ਇਹ ਜਿਹੜੀ ਸੈਨੇਟ ਹੈ ਅਮਰੀਕਾ ਦੀ, ਜਿਹੜੀ ਕਾਂਗਰਸ ਹੈ, ਅਤੇ ਉਹ ਸਾਡੇ ਤਾਂ ਬੜਾ ਰੋਹ ਪੈਂਦਾ ਵੀ ਬੜੇ ਬੰਦੇ ਕੋਈ ਪ੍ਰਿੰਸਟਨ 'ਚੋਂ ਆ ਰਿਹਾ, ਕੋਈ ਸਟੈਨਫੋਰਡ 'ਚੋਂ, ਕੋਈ ਹਾਰਵਰਡ 'ਚੋਂ, ਹੈ ਨਾ, ਪੜ੍ਹ ਪੜ੍ਹ ਕੇ। ਪਰ ਉਹ ਇਸ ਚੌਕਟੇ 'ਚ ਹੀ ਕੰਮ ਕਰਦੇ, ਇਹ ਕੰਮ ਕਰਨਾ ਹੁੰਦਾ ਉਹਨਾਂ ਨੇ। ਇਸੇ ਕਰਕੇ ਉੱਥੇ ਕੋਈ ਬੁਨਿਆਦੀ ਬਦਲਾਅ ਤਾਂ ਆ ਨਹੀਂ ਰਿਹਾ, ਨਾ ਉੱਥੇ ਗਰੀਬੀ ਖਤਮ ਹੋਈ ਹੈ, ਨਾ ਉੱਥੇ ਭੁੱਖ ਮਤਲਬ ਉਹ ਪਹਾੜਾਂ ਦਾ ਘਟਿਆ ਨਹੀਂ। ਅਤੇ ਪਰ ਉਹਨਾਂ ਨੇ ਉਹ ਮਤਲਬ ਖਤਰਾ ਟਾਲ ਲਿਆ, ਜਿੱਥੇ ਕੋਈ ਵੱਡੀ ਸਮੱਸਿਆ ਨਹੀਂ ਆਈ। ਹੁਣ ਇਹੀ ਬੰਦੇ ਜਿਹੜੇ ਇਹ ਸੀ, ਇਹ ਕਹਿ ਰਹੇ ਸੀ ਵੀ ਸਲੇਵਸ ਨੂੰ ਕੋਈ ਅਧਿਕਾਰ ਨਹੀਂ ਚਾਹੀਦਾ ਵੋਟ ਦਾ। ਮਤਲਬ ਕਿੰਨੇ 100 ਸਾਲ ਨਾ ਗੁਲਾਮਾਂ ਨੂੰ ਕੋਈ ਅਧਿਕਾਰ, ਨਾ ਔਰਤਾਂ ਨੂੰ, ਇਹ ਜਿਹੜੇ ਅੱਜ ਫੜਾ ਮਾਰਦੇ ਨਾ ਔਰਤ ਦੀ ਆਜ਼ਾਦੀ ਦੀਆਂ, ਵੀ ਸਿੱਖਾਂ 'ਚ ਤਾਂ ਇਹ ਉਦੋਂ ਵੀ ਅਧਿਕਾਰ ਸੀ, ਬਰਾਬਰ ਸੀ। ਅਤੇ ਪਰ ਇੱਥੇ ਉਹਨਾਂ ਨੇ ਉਹ ਨਹੀਂ ਸੀ ਦਿੱਤਾ ਉਹਨਾਂ ਨੂੰ ਪਹਿਲਾਂ ਹੀ। ਸੋ ਜਿਹਦਾ ਮਤਲਬ ਥਰੈਟ ਜਿਹੜਾ ਇੱਕ ਖਤਰਾ ਡੈਮੋਕ੍ਰੇਸੀ ਤੋਂ, ਉਹਨੂੰ ਟਾਲਣ ਦਾ ਇੱਕ ਤਰੀਕਾ ਇਹ ਹੈ ਵੀ ਤੁਸੀਂ ਲੋਕਾਂ ਦੀ ਵੋਟਿੰਗ ਰਾਈਟ ਨੂੰ ਵੀ ਰਿਸਟ੍ਰਿਕਟ ਕਰ ਦਿਓ। ਸੋ ਕਾਫੀ ਚਿਰ ਉਹ ਰਜਿਸਟ ਕੀਤਾ, ਫਿਰ ਅਖੀਰ ਨੂੰ ਜਦੋਂ ਵੱਡੀਆਂ ਲਹਿਰਾਂ ਉੱਠ ਖੜੀਆਂ, ਖਾਸ ਕਰਕੇ 1963 ਦੇ ਵਿੱਚ ਅਮਰੀਕਾ 'ਚ ਜਿਹੜੀ ਸਿਵਲ ਰਾਈਟਸ ਮੂਵਮੈਂਟ ਉੱਠੀ, ਅਤੇ ਉਸ ਤੋਂ ਬਾਅਦ ਜਿੱਥੇ ਮਾਰਟਿਨ ਲੂਥਰ ਕਿੰਗ ਆਇਆ, ਜਿੱਥੇ ਮਤਲਬ ਹੋਰ ਬੰਦੇ ਆਏ, ਅਤੇ ਉਸ ਤੋਂ ਬਾਅਦ ਜਾ ਕੇ ਸਲੇਵਸ ਨੂੰ ਇਹਨਾਂ ਨੇ ਅਧਿਕਾਰ ਦਿੱਤੇ ਅਤੇ ਔਰਤਾਂ ਨੂੰ ਅਧਿਕਾਰ ਦਿੱਤੇ। ਪਰ ਉਦੋਂ ਤੱਕ ਇਹਨਾਂ ਨੇ ਉਹ ਸਿਸਟਮ ਇੰਨਾ ਡਿਵੈਲਪ ਕਰ ਲਿਆ, ਇੰਨਾ ਬ੍ਰੇਨ ਵਾਸ਼ ਕਰ ਲੈਂਦੇ ਆ ਬੰਦੇ ਦਾ ਵੀ ਉਹਦੇ ਮਨ 'ਚ ਉਹ ਗੱਲ ਆਵੇ ਨਾ, ਥੱਲੋਂ ਇੰਤਜ਼ਾਮ ਕਰ ਲੈਂਦੇ ਆ, ਫਿਲਟਰ ਲਾ ਲਾ ਕੇ ਬੰਦੇ ਕਿਹੜੇ ਕਾਂਗਰਸ 'ਚ ਪਹੁੰਚਣਗੇ, ਸੈਨੇਟ 'ਚ ਕਿਹੜੇ ਪਹੁੰਚਣਗੇ, ਅਤੇ ਜੇ 2-4 ਬਾਕੀ ਪਹੁੰਚ ਜਾਣ, ਰੌਲਾ ਪਾਈ ਜਾਣ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਮੇਰੇ ਕਹਿਣ ਤੋਂ ਇਹ ਭਾਵ ਹੈ ਵੀ ਇਹ ਜਿਹੜਾ ਡੈਮੋਕ੍ਰੇਸੀ ਸਾਨੂੰ ਬਹੁਤ ਵੱਡੀ ਗੱਲ ਲੱਗਦੀ, ਇੱਕ ਪੱਖੋਂ ਵੱਡੀ ਹੈ, ਸਾਨੂੰ ਇਹ ਲੱਗਦਾ ਕਿ ਰਾਜੇ ਮਹਾਰਾਜਿਆਂ ਨਾਲੋਂ ਇੱਥੇ ਵੱਧ ਨਿਆਂ ਮਿਲਦਾ ਹੈ। ਕਿਉਂਕਿ ਗੱਲ ਬੰਦੇ ਸਾਹਮਣੇ ਕੀ ਸੀ, ਜਿਹੜਾ ਪਹਿਲੇ ਸਿਸਟਮ ਸੀ ਸਾਰੇ, ਉਹਦੇ 'ਚ ਤਾਂ ਸਾਰਾ ਕੁਛ ਰਾਜੇ 'ਤੇ, ਜੇ ਤਾਂ ਉਹ ਦਿਆਵਾਨ ਹੈ ਠੀਕ ਹੈ, ਅਤੇ ਜੇ ਉਹਦੇ ਮਨ 'ਚ ਦਇਆ ਨਹੀਂ, ਜ਼ਾਲਮ ਹੈ, ਫਿਰ ਤੁਹਾਡੀ ਜ਼ਿੰਦਗੀ ਲੈਣ ਦਾ ਹੱਕ ਵੀ ਮਤਲਬ ਉਹਨੂੰ ਅਤੇ ਉਹਦੇ ਅਹਿਲਕਾਰਾਂ ਹੇਠਾਂ, ਕਿਸੇ ਵੀ ਉਹਦੇ ਅਹਿਲਕਾਰ ਨੂੰ ਲੱਗਿਆ ਵੀ ਆਹ ਬੰਦਾ ਮਾਰ ਦੇਣਾ ਚਾਹੀਦਾ,
ਮਾਰਦੇ ਮਤਲਬ ਤਾਂ ਕੋਈ ਉਹਦੇ ਉਹਦੇ ਕੋਲ ਹੱਕ ਕੋਈ ਨਹੀਂ ਦੂਜੇ ਕੋਲ। ਸੋ ਆਰਬਿਟਰੇਰੀ ਤੁਸੀਂ ਮਤਲਬ ਵੀ ਉਹਨੂੰ ਬੰਦੇ ਨੂੰ ਮਾਰ ਸਕਦੇ ਹੋ। ਸੋ ਇਹ ਇੱਕ ਕੰਸਰਨ ਫਿਰ ਜਾਗਿਆ ਵੀ ਜਿਹੜੀ ਇਸ ਤਰ੍ਹਾਂ ਦੀ ਆਰਬਿਟਰੇਰੀ ਜਾਨ ਲੈ ਲੈਣੀ ਇੱਕ ਦੂਜੇ ਦੀ, ਇਹ ਬੰਦ ਹੋਣੀ ਚਾਹੀਦੀ ਹੈ, ਨਿਆਂ ਹੋਣਾ ਚਾਹੀਦਾ। ਸੋ ਉਹਦਾ ਫਿਰ ਇਹ ਸੀ ਕਿ ਸਟੇਟ ਦਾ ਜਿਹੜਾ ਪਰਸੀਕਿਊਸ਼ਨ ਹੈ, ਜਿਹੜਾ ਸਟੇਟ ਵੱਲੋਂ ਜ਼ੁਲਮ ਹੈ, ਉਹ ਤੋਂ ਬੰਦੇ ਦੇ ਬਚਾਅ ਦਾ ਢੰਗ ਇਹੀ ਹੈ ਕਿ ਫਰੀ ਐਂਡ ਫੇਅਰ ਸਪੀਡੀ ਟ੍ਰਾਇਲ, ਮੁਕੱਦਮਾ ਚੱਲੇ ਜਿਹ 'ਚ ਉਹਨੂੰ ਵੀ ਆਪਦੀ ਗੱਲ ਰੱਖਣ ਦਾ, ਆਪਦੇ ਆਪ ਨੂੰ ਡਿਫੈਂਡ ਕਰਨ ਦਾ ਅਧਿਕਾਰ ਹੋਵੇ। ਅਤੇ ਉਹ ਇੱਦੂ ਬਿਨਾਂ ਨਹੀਂ, ਮਤਲਬ ਹੁਣ ਉਹ ਕੀ ਫਰੀ ਦਵਾ ਨਾ ਕੋਈ ਹੋਵੇ ਐਂਡ ਫੇਅਰ ਸਪੀਡੀ ਟ੍ਰਾਇਲ, ਇਹ ਨਹੀਂ ਵੀ 30-30 ਸਾਲ ਫੈਸਲੇ ਹੋਣ ਲੱਗ ਜਾਣ। ਮਤਲਬ ਉਹਨਾਂ ਦਾ ਏ ਸੀ ਵੀ ਆਹ ਹੋ ਗਈ, ਪਰ ਫਰੀ ਨਹੀਂ ਹੋਇਆ ਅੱਜ ਵੀ ਨਹੀਂ। ਅੱਜ ਵੀ ਉੱਥੇ ਜੋ ਕਾਲਿਆਂ ਨਾਲ ਜੋ ਕ੍ਰਾਈਮ ਕਾਲਾ ਕਰਦਾ ਅਤੇ ਜੋ ਗੋਰਾ ਕਰਦਾ ਉਹ ਸਾਫ ਫਰਕ ਹੈ। ਅਤੇ ਇਹ ਹਰ ਜਗ੍ਹਾ ਹੀ ਹੈ। ਫਿਰ ਤਾਕਤ ਕਿਹਦੇ ਕੋਲ? ਸੰਤ ਆਪਣੇ ਸੰਤ ਪਿੰਡਰਾਂ ਵਾਲੇ ਰੋਜ਼ ਆਪਦਾ ਵਿਖਿਆਨ 'ਚ ਦੱਸਦੇ ਹੁੰਦੇ ਸੀ ਵੀ ਦੇਖ ਲਓ ਦੋ ਕਾਨੂੰਨ ਹੈ ਸਾਡੇ ਵਾਸਤੇ ਹੋਰ, ਮਜੋਰਟੀ ਵਾਲਿਆਂ ਵਾਸਤੇ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ। ਸੋ ਇਹ ਗੱਲ ਖਤਮ ਨਹੀਂ ਹੋਈ, ਪਰ ਕੁਛ ਹੱਦ ਤੱਕ ਲੋਕਾਂ ਨੂੰ ਇੱਕ ਇਲਿਊਜ਼ਨ ਜ਼ਰੂਰ ਦਿੱਤਾ ਵੀ ਤੁਹਾਨੂੰ ਕਾਨੂੰਨ ਹੈਗਾ ਅਦਾਲਤ। ਤੁਸੀਂ ਦੇਖੋ ਨਾ ਕਿੱਡੇ ਕਿੱਡੇ ਢਾਂਚੇ ਆ, ਕੋਈ ਜੱਜਾਂ ਦੀ ਗਿਣਤੀ ਕਰੋ ਸਾਰੇ ਦੇਸ਼ 'ਚ ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ, ਵਕੀਲਾਂ ਦੀ ਗਿਣਤੀ ਕਰੋ ਕਿੱਡੀਆਂ ਫਰਮਾਂ, ਕਿੰਨੇ ਵਕੀਲ, ਢਾਂਚਾ ਤਾਂ ਬਹੁਤ ਵੱਡਾ, ਉਲਝੇ ਰਹੋ ਉਹਦੇ 'ਚ, ਉਹ ਕਿੰਨਾ ਕੁ ਇਨਸਾਫ ਮਿਲਦਾ। ਹੁਣ ਹੀ ਆਪਾਂ ਦੇਖ ਲਿਆ ਜੈਪਾਲ ਭੁੱਲਰ ਦਾ, ਜੈਪਾਲ ਭੁੱਲਰ ਕਿ ਤੂੰ ਕਿੰਨੇ ਮਾਮਲੇ ਜਿਹੜੇ ਮਰਜ਼ੀ ਚੁੱਕ ਲਓ, ਕਿਹੜਾ ਇੱਥੇ ਇਨਸਾਫ ਅਤੇ ਕਿਹੜਾ ਵਾ। ਸੋ ਇਹ ਜਿਹੜੀ ਗੱਲ ਹੈ ਨਾ ਕਿ ਜਿਹੜਾ ਸਾਨੂੰ ਇੱਕ ਅਲੂਜਨ ਪਾਤਾ ਵੀ ਆਹ ਡੈਮੋਕਰੇਸੀ ਹੈ, ਅਤੇ ਇੱਦੂ ਗਾਂ ਤਾਂ ਕੋਈ ਚੀਜ਼ ਹੀ ਨਹੀਂ ਜੀ। ਤੁਸੀਂ ਉਹਨਾਂ ਨੇ ਇੱਕ ਪਾਲਾ ਵਗਲ ਤਾਂ ਤੁਸੀਂ ਉਹਦੇ ਵਿੱਚ ਖੇਡੀ, ਅਤੇ ਬੰਦੇ ਨੂੰ ਐਂ ਲੱਗਦਾ ਮੈਂ ਆਜ਼ਾਦ ਹਾਂ ਮੈਂ ਖੇਡ। ਪਾਲਾ ਕਿਹਨੇ ਵਗਲਿਆ ਅਤੇ ਰੈਫਰੀ ਕੌਣ ਹੈ? ਗਰਾਊਂਡ ਵੀ ਉਹਨਾਂ ਦਾ ਹੈ ਅਤੇ ਪਾਲਾ ਵੀ ਉਹਨਾਂ ਨੇ ਵਗਲਿਆ ਅਤੇ ਰੈਫਰੀ ਵੀ ਉਹਨਾਂ ਦੇ ਹੈ, ਫਿਰ ਤੁਹਾਨੂੰ ਇਨਸਾਫ਼ ਕਿੱਥੋਂ ਮਿਲ ਜੂਗਾ? ਸੋ ਇਸ ਕਰਕੇ ਜਿਹੜੀ ਇਹ ਸਾਰੀ ਕਵੈਤ ਚੱਲ ਰਹੀ ਹੈ ਪੰਜਾਬ 'ਚ ਨਾ ਚੋਣਾਂ ਦੀ, ਆਪਣਾ ਮਤਲਬ ਇਹ ਹੈ ਵੀ ਥੋੜ੍ਹਾ ਜਿਹਾ ਉਹ ਚਲਾਓ ਤੁਸੀਂ, ਐਂ ਨਹੀਂ ਆਪਾਂ ਸਾਡੇ ਕਹੇ ਉਹ ਰੁਕ ਜਾਣਗੇ, ਪਰ ਥੋੜ੍ਹਾ ਜਿਹਾ ਇਹਨੂੰ ਆਹ ਸੋਚੋ ਜਾ, ਇਹਦਾ ਇਹਦਾ ਤੁਸੀਂ ਰਾਜ 'ਚ ਵੀ ਆ ਜਾਓ, ਤੁਸੀਂ ਸਤਾ ਵੀ ਲੈ ਲਓ, ਇਹਦਾ ਹੋਊ ਕੀ ਕਹਾਂ ਜਾ ਕੇ? ਤੁਸੀਂ ਸਿਸਟਮ ਨੂੰ ਸਮਝੋ, ਉਹਨਾਂ ਨੇ ਬਹੁਤ ਇੰਤਜ਼ਾਮ ਕੀਤੇ ਹੋਏ ਨੇ। ਸੋ ਉਹਦੇ ਉਹ ਤੁਸੀਂ ਉਹਦੇ ਪੈਰਾਮੀਟਰ ਉਹ ਦਾਇਰੇ ਦੀ ਉਲੰਘਣਾ ਨਹੀਂ ਕਰ ਸਕਦੇ, ਉਹਦੇ ਫਿਰ ਇੰਤਜ਼ਾਮ ਕੀਤੇ ਹੋਏ ਆ ਉਹਨਾਂ ਨੇ ਸਾਰੇ ਉਹਦੇ ਵਿੱਚ ਵਿੱਚ। ਹੁਣ ਤਾਂ ਉਹਦੇ ਵਿੱਚ ਨਹੀਂ ਖੇਡਣ ਦਿੰਦੇ, ਉਹ ਤਾਂ ਗਾਹਾਂ ਉਹ ਦਾਇਰੇ 'ਚ ਇੱਕ ਬੀਜੇਪੀ ਨੇ ਆਪਦਾ ਦਾਇਰਾ ਹੋਰ ਮਿਲ ਲਿਆ ਵੀ ਅਸੀਂ ਉੱਥੋਂ ਵੀ ਨਹੀਂ ਬਾਹਰ ਜਾਣ ਦੇਣਾ। ਸੋ ਇਹ ਇੱਕ ਹੈਗਾ। ਸੋ ਮੇਰਾ ਇਹ ਆਪਾਂ ਇਹਨੂੰ ਬਾਹਲੀ ਲੰਮੀ ਚੌੜੀ ਤਾਂ ਮਸਲਾ ਤਾਂ ਹੈਗਾ ਇਹ ਵੱਡਾ, ਜਿਹੜਾ ਆਪਾਂ ਨੇ ਕਦੇ ਕਿਸੇ ਰੂਪ 'ਚ ਕਦੇ ਕਿਸੇ ਰੂਪ 'ਚ ਆਪਾਂ ਪੱਖ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਵੀ ਤੁਸੀਂ ਕਿਹਾ ਲੋਕਾਂ ਦੇ ਜਮਹੂਰੀ ਹੱਕ ਕਿਵੇਂ, ਹੁਣ ਤੁਹਾਡੇ ਮਨ 'ਚ ਇਹ ਵੀ ਜਮਹੂਰੀ ਹੱਕਾਂ ਤੋਂ ਵੱਡੀ ਕੋਈ ਗੱਲ, ਫਿਰ ਇਹ ਵੀ ਮਨੁੱਖੀ ਅਧਿਕਾਰ, ਉਹ ਹੁਣ ਉਹ ਟਰਮ ਕਿੱਥੋਂ ਆਈ ਕਿਵੇਂ ਆਈ ਅਤੇ ਸਾਡੇ ਸਾਡਾ ਕਨਸੈਪਟ ਕੀ ਹੈ? ਸੋ ਜਿਹੜਾ ਸਿੱਖੀ ਦੇ ਵਿੱਚ ਡੈਮੋਕਰੇਸੀ ਦਾ ਆਪਾਂ ਇਹਦੇ ਬਾਰੇ ਅੱਜ ਲੰਬਾ ਉਹ ਨਹੀਂ ਕਰਦੇ, ਇਹਦੀ ਇਹਦੀ ਕੋਈ ਵਿਆਖਿਆ ਨਹੀਂ ਕਰਦੇ, ਸਿਰਫ ਸਟੇਟ ਕਰਦੇ ਹਾਂ, ਵਿਆਹ ਨਹੀਂ ਕਰਦੇ, ਉਹ ਕਿਸੇ ਅਹੀ ਜੀ ਘਾੜਤ 'ਚੋਂ ਸਕੀਮ 'ਚੋਂ ਨਹੀਂ ਆਈ ਵੀ ਅਮੀਰ ਨੇ ਗਰੀਬ ਉੱਤੇ ਰਾਜ ਕਿਵੇਂ ਰੱਖਣਾ ਹੈ, ਮਨੋਰਟੀ 'ਚ ਪਰ ਮਜੋਰਟੀ 'ਤੇ ਰਾਜ ਕਰਨਾ ਹੈ, ਉਹ ਕਿਹੋ ਜਿਹੀਆਂ ਯੋਗਤਾ ਅਪਣਾਵੇ, ਇਹ ਡੈਮੋਕਰੇਸੀ ਜਾਂ ਆਜ਼ਾਦੀ ਜਾਂ ਜਮਹੂਰੀਅਤ ਬੰਦੇ ਦੀ ਲੋੜ ਹੈ, ਉਹਦਾ ਹੱਕ ਹੈ, ਇਕੱਲਾ ਲੋੜ ਨਹੀਂ ਉਹਦਾ ਹੱਕ ਹੈ। ਕਿਉਂ? ਕਿਉਂਕਿ ਸ੍ਰਿਸ਼ਟੀ ਦੀ ਰਚਨਾ ਹੀ ਇਸ ਤਰ੍ਹਾਂ ਹੋਈ ਹੈ, ਕੁਛ ਵੀ ਗੁਲਾਮ ਨਹੀਂ ਸਿਰਜਿਆ ਗਿਆ,
ਕੁਛ ਨਾ ਜੀਵ ਜੰਤੂ, ਨਾ ਪੌਦਾ, ਕੋਈ ਬਣਤਰਨ ਅਤੇ ਨਾ ਬੰਦੇ। ਕੁਦਰਤ ਨੇ ਨਹੀਂ ਇਹ ਸਿਰਜੇ ਵੀ ਤੁਸੀਂ ਆਹ ਜਿਹੜੇ ਤੁਹਾਡੇ 'ਤੇ ਰਾਜ ਕਰਨਗੇ ਅਤੇ ਆਹ ਬੰਦੇ ਥੱਲੇ ਰਹਿਣਗੇ। ਇਹ ਤਾਂ ਬੰਦੇ ਨੇ ਆਪਦੀਆਂ ਲਾਲਸਾਵਾਂ 'ਚੋਂ, ਆਪਦੀ ਗਰੀਡ 'ਚੋਂ, ਆਪਦੇ ਸਵਾਰਥ 'ਚੋਂ ਉਹ ਸਿਸਟਮ ਡਿਵੈਲਪ ਕਰ ਲਏ ਵੀ ਅਸੀਂ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਣਾ। ਸੋ ਦੈਟ ਵੇ ਸਿਰਜਣਹਾਰ ਦੀ ਜੋ ਡਿਜ਼ਾਇਨ ਸੀ ਜਦੋਂ ਸ੍ਰਿਸ਼ਟੀ ਰਚੀ ਗਈ ਹੈ ਉਹਦੇ 'ਚ ਸ਼ਾਮਿਲ ਨਹੀਂ ਸੀ। ਉਹਦੇ 'ਚ ਇਹ ਸੀ ਵੀ ਹਰ ਇੱਕ ਨੂੰ ਜਿਹੜੀ ਵੀ ਸ੍ਰਿਸ਼ਟੀ ਦੇ ਵਿੱਚ ਚੀਜ਼ ਆ ਗਈ ਉਹਨੂੰ ਇੱਕ ਤਾਂ ਉਸ ਸਿਰਜਣਹਾਰ ਨੇ ਉਹਨੂੰ ਹੱਕ ਦੇਤਾ ਹੋਣ ਦਾ, ਹੱਕ ਕੁਛ ਵੀ ਹੈ, ਨਹੀਂ ਤਾਂ ਹੋਣੀ ਨਹੀਂ ਸੀ, ਆਉਣੀ ਨਹੀਂ ਸੀ। ਇੱਕ ਹੱਕ ਤਾਂ ਉਹਨੂੰ ਦੇਤਾ ਨਾ ਵੀ ਉਹਨੂੰ ਹੋਣ ਦਾ ਹੱਕ, ਸੋ ਉਹਦੀ ਹੱਕਦਾਰ ਹੈ। ਅਤੇ ਦੂਜਾ ਇਹ ਹੈ ਕਿ ਉਹਦੇ ਉੱਤੇ ਕੋਈ ਦੂਜਾ ਦਾਬਾ ਪਾਵੇ। ਇਹ ਕੁਦਰਤ ਦੇ ਇਹ ਸਿਰਜਣਹਾਰ ਦੇ ਡਿਜ਼ਾਇਨ 'ਚ ਇਹ ਨਹੀਂ ਸੀ। ਜਿੱਥੋਂ ਤੱਕ ਮਨੁੱਖ ਦੀ ਗੱਲ ਹੈ ਇਹ ਆਪਣੇ ਗੁਰਬਾਣੀ 'ਚ ਵਾਰ ਵਾਰ ਕਿਹਾ ਗਿਆ ਵੀ ਮਨੁੱਖੀ ਜਨਮੀ ਕਿਹੋ ਜਿਹਾ ਜਨਮ ਹੈ ਜਿਹੜਾ ਚਿਰਾਂ ਬਾਅਦ ਕਿਤੇ ਮਿਲਦਾ, 84 ਦੇ ਗੇਟ ਤੋਂ ਬਾਅਦ। ਇੱਥੇ ਇੱਕ ਸੰਭਾਵਨਾ ਦੇਤੀ ਸਿਰਜਣਹਾਰ ਨੇ ਵੀ ਆਹ ਜਨਮ 'ਚ ਤੂੰ ਜੇ ਇਹ ਗੇਟ 'ਚੋਂ ਨਿਕਲਣਾ ਚਾਹੇ ਨਿਕਲ ਸਕਦਾ। ਇਹ ਕਿਸੇ ਭੇਡ ਨੂੰ, ਕਿਸੇ ਬੱਕਰੀ ਨੂੰ, ਕਿਸੇ ਕੁੱਤੇ ਨੂੰ, ਕਿਸੇ ਕਾਂ ਨੂੰ, ਕਿਸੇ ਨੂੰ ਨਹੀਂ ਹੋਰ। ਉਹਨਾਂ ਨੂੰ ਤਾਂ ਜੋ ਦੇਤੀ ਜ਼ਿੰਦਗੀ ਉਹਨਾਂ ਨੇ ਉਵੇਂ ਜਿਉਂ ਲੈਣੀ ਬਸ। ਪਰ ਮਨੁੱਖ ਨੇ ਇਹ ਤੋਂ ਇਹ ਜਨਮ ਮਰਨ ਦੇ ਗੇਟ 'ਚੋਂ ਨਿਕਲ ਸਕਦਾ ਕਿਵੇਂ, ਜੇ ਉਹਦੇ 'ਚ ਪੂਰੀ ਮਨੁੱਖਤਾ ਪ੍ਰਫੁੱਲਿਤ ਹੋ ਜਾਵੇ। ਜੋ ਸੰਭਾਵਨਾਵਾਂ ਸਿਰਜਣਹਾਰ ਨੇ ਭਰ ਕੇ ਤੋਰੀਆਂ ਉਹ ਪੂਰੀਆਂ ਪ੍ਰਫੁੱਲਿਤ ਨਹੀਂ ਹੁੰਦੀਆਂ, ਮੌਕਾ ਨਹੀਂ ਮਿਲਦਾ, ਬਲਕਿ ਪਰਿਵਾਰ 'ਚ ਹੀ ਦਬਾ ਦਿੱਤੀਆਂ ਜਾਂਦੀਆਂ। ਕੁਛ ਤਾਂ ਸਿਸਟਮ ਹੈ ਨਾ, ਜਿਵੇਂ ਮਰਦ ਪ੍ਰਧਾਨ ਹੈ ਸਮਾਜ 'ਚ, ਉੱਥੇ ਔਰਤ ਨੂੰ ਇੰਝ ਹੀ ਪਤਾ ਵੀ ਲੱਗਦਾ, ਮਤਲਬ ਸਿਸਟਮ 'ਚ ਹੀ ਹੈ, ਬੱਚਾ ਉਹਨੇ ਬਾਪ ਤੋਂ ਡਰ ਕੇ ਰਹਿਣਾ ਹੀ ਹੈ। ਸੋ ਇਸ ਤਰ੍ਹਾਂ ਦੇ ਇੱਕ ਇਹ ਸਿਲਸਿਲੇ ਚੱਲਦੇ ਨੇ ਜਿੱਥੇ ਜਿਹੜੀਆਂ ਤੁਹਾਡੇ 'ਚ ਸੰਭਾਵਨਾਵਾਂ ਸਿਰਜਣਹਾਰ ਨੇ ਪਾਤੀਆਂ ਉਹ ਪੂਰੀਆਂ ਖਿੜਦੀਆਂ ਨਹੀਂ, ਤੁਸੀਂ ਪੂਰੇ ਸੰਪੂਰਨ ਮਨੁੱਖ ਨਹੀਂ ਬਣਦਾ। ਅਤੇ ਜਿੰਨਾ ਚਿਰ ਬੰਦਾ ਸੰਪੂਰਨ ਨਹੀਂ ਹੋ ਤਾਂ ਉਹ ਆਤਮਾ ਪਰਮਾਤਮਾ ਪਰਮ ਆਤਮਾ ਨਾਲ ਉਹਦਾ ਬਲੀਨ, ਉਹਦਾ ਮੇਲ ਕਿਵੇਂ ਹੋ ਜੂਗਾ ਭਲਾ। ਉਹਦੇ ਵਾਸਤੇ ਤਾਂ ਸੰਪੂਰਨਤਾ ਚਾਹੀਦੀ ਹੈ ਨਾ, ਵੀ ਉਹਦੇ ਵਾਸਤੇ ਫਿਰ ਹਰ ਕਿਸਮ ਦੇ ਦਾਬੇ ਗਲਬੇ ਪ੍ਰਭਾਵਾਂ ਤੋਂ ਮੈਲੇ ਜੋ ਵੀ ਇਸ ਕਿਸਮ ਦੇ ਹੈਗੇ ਨੇ ਉਹ ਤੋਂ ਮੁਕਤ ਹੋਵੇ। ਸੋ ਇਸ ਕਰਕੇ ਇਹ ਜ਼ਰੂਰੀ ਹੈ ਇੱਕ ਜਮਹੂਰੀ ਬਾਜੂ ਮੰਡਲ ਮਨੁੱਖ ਵਾਸਤੇ, ਉਹ ਤਾਂ ਹੀ ਪੂਰਾ ਮਨੁੱਖ ਸੰਪੂਰਨ ਮਨੁੱਖ ਬਣ ਸਕਦਾ, ਨਹੀਂ ਉਹਦੇ 'ਚ ਅਪੂਰਨਤਾਵਾਂ ਰਹਿਣਗੀਆਂ। ਅਤੇ ਜਿੰਨਾ ਚਿਰ ਅਪੂਰਨਤਾਵਾਂ ਰਹਿਣਗੀਆਂ ਉਹ ਪਰਮਾਤਮਾ ਦੀ ਉਹਦੇ 'ਚ ਮਿਲ ਨਹੀਂ ਸਕਦਾ, ਉਹਦੇ ਨਾਲ ਭੇਦ ਨਹੀਂ। ਸੋ ਉਹ ਫਿਰ ਉਹਨੂੰ ਜਨਮ ਲੈਣਾ ਕੋਈ, ਉਹ ਫਿਰ ਗੇਟ 'ਚੋਂ ਨਿਕਲ। ਸੋ ਹੁਣ ਤੁਸੀਂ ਇਹ ਦੇਖੋ ਵੀ ਸਿੱਖੀ ਦਾ ਜਿਹੜਾ ਵਿਊ ਹੈ, ਦ੍ਰਿਸ਼ਟੀਕੋਣ ਹੈ, ਜਮਹੂਰੀਅਤ ਜਿਹਨੂੰ ਆਪਾਂ ਜੇ ਸ਼ਬਦ ਵੀ ਵਰਤ ਲਈਏ ਉਹ ਕਿੱਡਾ ਵੱਡਾ। ਕਿਸੇ ਦਾ ਕੋਈ ਇਹਦੇ 'ਚ ਉਹ ਨਹੀਂ, ਮਤਲਬ ਕੋਈ ਕਪਟ ਨਹੀਂ, ਕੋਈ ਇਹਦੇ 'ਚੋਂ ਮਿੱਥ ਕੇ ਵੀ ਇਹਨੂੰ ਐਂ ਕਰੋ, ਅਤੇ ਹਰ ਇੱਕ ਵਾਸਤੇ ਹੈ, ਭਾਵੇਂ ਕੀੜੀ ਹੈ ਇੱਥੇ ਕੋਈ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਰਾਜਾ ਹੈ, ਰੰਗ ਕੁਛ ਹੈ, ਭਾਵੇਂ ਇਹ ਹਰ ਇੱਕ ਦਾ ਰੰਗ। ਸੋ ਇਹ ਮੈਂ ਆਪਾਂ ਜੇ ਇੰਨੀ ਗੱਲ ਕੀਤੀ ਹੈ, ਇਹ ਸਾਰੇ ਮਸਲਿਆਂ ਬਾਰੇ ਆਪਾਂ ਨੂੰ ਜੇ ਵਾਹਿਗੁਰੂ ਨੇ ਕੋਈ ਸਮਾਂ ਦਿੱਤਾ, ਸਾਰੀਆਂ ਗੱਲਾਂ ਜਿਹੜੀਆਂ ਸਾਡੇ ਦਿਮਾਗਾਂ 'ਚ ਪਾਤੀਆਂ ਅਸੀਂ ਪ੍ਰਵਾਨ ਕਰ ਲਈਆਂ, ਮਤਲਬ ਉਹੋ ਹੀ ਪਾਲਾ ਬਗਲਤਾ ਉਹਨਾਂ ਨੇ, ਤਾਂ ਅਸੀਂ ਉਹਦੇ ਵਿੱਚ ਖੇਡੀ ਜਾਂਦੇ ਹਾਂ ਅਤੇ ਇਹ ਭਰਮ ਪਾਲੀ ਜਾਂਦੇ ਹਾਂ ਕਿ ਇਸ ਦਾ ਯਾਦ ਆ। ਸੋ ਅਸੀਂ ਆਪਦੇ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ, ਜਿਉਂ ਰਹੇ ਸਾਡੀ ਪ੍ਰੋਗਰਾਮਿੰਗ ਹੋ ਚੁੱਕੀ ਹੈ ਐਜੂਕੇਸ਼ਨ ਰਾਹੀਂ, ਮੀਡੀਏ ਰਾਹੀਂ ਅਤੇ ਪਬਲਿਕ ਡਿਸਕੋਰਸ ਰਾਹੀਂ। ਸੋ ਇੰਨੀਆਂ ਕਿ ਸੰਕੇਤ ਮਾਤਰੀ ਗੱਲਾਂ ਮੇਰਾ ਖਿਆਲ,
ਅਤੇ ਆਪਾਂ ਇਹਨੂੰ ਫਿਰ ਆਉਣ ਵਾਲੇ ਪ੍ਰੋਗਰਾਮਾਂ 'ਚ ਹੋਰ ਅੱਗੇ ਵਧੇੜੀ ਜਾਵਾਂਗੇ। ਹਾਂਜੀ, ਦੇਖੋ ਜਿਹੜਾ ਤੁਸੀਂ ਸ਼ਬਦ ਵਰਤਿਆ ਨਾ ਕਿ ਇਹ ਜਮਹੂਰੀ ਹੱਕਾਂ ਦੀ ਪਹਿਰੇਦਾਰੀ ਕਰਦਾ, ਹੁਣ ਜਿਹੜਾ ਜਮਹੂਰੀ ਹੱਕ ਹੈ ਜਾਂ ਮਨੁੱਖੀ ਅਧਿਕਾਰ ਦੀ ਆਪਾਂ ਗੱਲ ਕਰਦੇ ਹਾਂ, ਇਹ ਸ਼ਬਦ ਤੁਹਾਨੂੰ ਆਪਣੀ ਕਿਸੇ ਪੁਰਾਤਨ ਗ੍ਰੰਥ 'ਚੋਂ ਮਿਲ ਜੂਗਾ। 19ਵੀਂ ਸਦੀ ਤੋਂ ਪਹਿਲਾਂ ਸਾਡੀ ਕੋਈ ਰਚਨਾ ਚੁੱਕ ਲਓ, ਤੁਹਾਨੂੰ ਨਾ ਉਹਦੇ 'ਚ ਜਮਹੂਰੀ ਹੱਕ ਮਿਲੂ, ਨਾ ਉਹਦੇ 'ਚ ਮਨੁੱਖੀ ਅਧਿਕਾਰਾਂ ਦੀ ਗੱਲ। ਸੋ ਜਿਹਦਾ ਮਤਲਬ ਇਹ ਸ਼ਬਦ ਕਦੋਂ ਆਏ ਅਤੇ ਕਿਵੇਂ ਆਏ, ਕਿਸ ਲੋੜ 'ਚੋਂ ਆਏ, ਕੌਣ ਲੈ ਕੇ ਆਇਆ, ਫਿਰ ਉਹਨਾਂ ਨੂੰ ਯੂਨੀਵਰਸਲਾਈਜ਼ ਕਿਵੇਂ ਕਰਦਾ ਵੀ ਤੁਹਾਡੀਆਂ ਸਾਡੀਆਂ ਜ਼ਬਾਨ 'ਤੇ ਚੜ ਗਈ। ਸਾਨੂੰ ਇਹ ਲੱਗਦਾ ਵੀ ਇਹਨਾਂ ਸ਼ਬਦਾਂ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਇਹ ਪ੍ਰੋਬਲਮ ਹੈ। ਸੋ ਇਸ ਕਰਕੇ ਨਾ ਜਦੋਂ ਆਪਾਂ ਇਸ ਗੱਲ 'ਤੇ ਕਰਦੇ ਹਾਂ ਡੈਮੋਕ੍ਰੇਸੀ ਬਾਰੇ, ਡੈਮੋਕ੍ਰੇਸੀ ਜਮਹੂਰੀਅਤ ਇਹ ਸਾਡੀ ਕਿਸੇ ਵੀ ਪੁਰਾਤਨ ਰਚਨਾ 'ਚ ਇਹਦਾ ਕੋਈ ਜ਼ਿਕਰ ਨਹੀਂ, ਜਿਹਦਾ ਮਤਲਬ ਇਹ ਤੋਂ ਬਿਨਾਂ ਵੀ ਸਰਦਾ ਸੀ। ਅਤੇ ਪਰ ਇਹ ਫਿਰ ਕਦੋਂ ਆਇਆ ਸ਼ਬਦ, ਕੌਣ ਲੈ ਕੇ ਆਇਆ ਅਤੇ ਉਹਨੇ ਫਿਰ ਸਾਰਿਆਂ ਦੇ ਦਿਮਾਗਾਂ 'ਚ ਕਿਵੇਂ ਪਾਇਆ। ਸੋ ਇਹ ਹੈ ਮਸਲਾ ਜਿਹੜਾ ਸਾਡੇ ਵਾਸਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਅਸੀਂ ਉਹਨੂੰ ਬੜੇ ਸੀਮਿਤ ਜਿਹੇ ਅਰਥਾਂ 'ਚ, ਪੋਲੀਟੀਕਲ ਇੱਕ ਸਿਰਫ ਸੀਮਿਤ ਅਰਥਾਂ 'ਚ ਗੱਲ ਕਰਦੇ ਹਾਂ। ਸੋ ਅਸਲ ਗੁਲਾਮੀ ਮਾਨਸਿਕ ਹੁੰਦੀ ਹੈ, ਜੇ ਮਾਨਸਿਕ ਗੁਲਾਮੀ ਨਾ ਹੋਵੇ ਦੂਜੀ ਗੁਲਾਮੀ ਨਹੀਂ ਹੋ ਸਕਦੀ। ਸੋ ਇਸ ਕਰਕੇ ਜਦੋਂ ਆਪਾਂ ਇਹਦੇ ਗੱਲ ਕਰਾਂਗੇ ਜਿਹੜੀ ਡੈਮੋਕ੍ਰੇਸੀ ਦਾ ਪੱਛਮੀ ਮਾਡਲ, ਤਾਂ ਇਹਦੇ 'ਚ ਇੱਕ ਅਪਰੋਚ ਇਹ ਹੁੰਦੀ ਹੈ ਕਿ ਤੁਸੀਂ ਉਹਨੂੰ ਹਿਸਟੋਰੀਸਾਈਜ਼ ਕਰੋ ਉਸ ਸੰਕਲਪ। ਹਿਸਟੋਰੀਸਾਈਜ਼ ਦਾ ਭਾਵ ਤੁਸੀਂ ਇਹ ਦੇਖੋ ਵੀ ਇਹ ਇਤਿਹਾਸ ਦੇ ਕਿਸ ਦੌਰ 'ਚ ਇਹ ਸ਼ਬਦ ਆਇਆ ਜਾਂ ਇਹ ਸੰਕਲਪ ਆਇਆ, ਇਹਨੂੰ ਕੌਣ ਲੈ ਕੇ ਆਇਆ, ਕਿਸ ਲੋੜ 'ਚੋਂ ਲੈ ਕੇ ਆਇਆ, ਨੰਬਰ ਇੱਕ। ਫਿਰ ਇਹ ਇਤਿਹਾਸ 'ਚ ਇਹਦੀ ਵਰਤੋਂ ਕਿਵੇਂ ਹੋਈ, ਫਿਰ ਤੁਹਾਨੂੰ ਸਮਝ ਆ ਵੀ ਇਹ ਕੀ ਹੈ। ਜੇ ਇਹਨਾਂ ਗੱਲਾਂ ਨੂੰ ਪਾਸੇ ਛੱਡ ਕੇ ਸ਼ਬਦ ਆ ਗਿਆ, ਪ੍ਰਚਲਿਤ ਹੋ ਗਿਆ, ਤੁਹਾਡੇ ਆਪਣੀਆਂ ਜ਼ਬਾਨਾਂ 'ਤੇ ਚੜ੍ਹ ਗਿਆ, ਜਿਹਦਾ ਮਤਲਬ ਅਸੀਂ ਉਹ ਇੰਟਰਨਲਾਈਜ਼ ਕਰ ਲਿਆ। ਸੋ ਅਸੀਂ ਆਪਣੀਆਂ ਗੱਲਾਂ ਛੱਡ ਕੇ ਅਸੀਂ ਕਿਸੇ ਹੋਰ ਦੀਆਂ ਗ੍ਰਹਿਣ ਕਰ ਲਈਆਂ। ਉਹ ਆਜ਼ਾਦੀ ਤਾਂ ਉੱਥੇ ਹੀ ਗਈ, ਉੱਥੇ ਫਿਰ ਡੈਮੋਕ੍ਰੇਸੀ ਕਿਹੜੀ, ਕਿਹਦੀ ਡੈਮੋਕ੍ਰੇਸੀ, ਕਾਹਦੇ ਵਾਸਤੇ ਡੈਮੋਕ੍ਰੇਸੀ। ਸੋ ਇਸ ਕਰਕੇ ਨਾ ਇਹ ਲੜਾਈ ਸਾਡੀ ਮਤਲਬ ਇਹ ਬਹੁਤ ਵੱਡੀ ਲੜਾਈ ਹੈ, ਜਿਹਨੂੰ ਅਸੀਂ ਕਹਿੰਦੇ ਸਾਡਾ ਧਰਮ ਨਿਆਰਾ ਹੈ, ਨਿਆਰਾ ਹੈ ਅਤੇ ਆਪਦੇ ਆਪ 'ਚ ਸੁਤੰਤਰ ਹੈ ਅਤੇ ਸੰਪੂਰਨ। ਸਾਨੂੰ ਕਿਸੇ ਵਿਸਾਖੀ ਦੀ ਬਹੁਤੀ ਲੋੜ ਹੈ ਨਹੀਂ, ਸਭ ਕੁਛ ਅਸੀਂ ਉਹਦੇ ਵਿੱਚੋਂ ਕਰ ਸਕਦੇ ਹਾਂ, ਸਿਰਫ ਆਪਦੇ ਦਿਮਾਗਾਂ 'ਚੋਂ ਜਿਹੜੀਆਂ ਘੁਸੇੜਤੀਆਂ ਗੱਲਾਂ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ। ਹੁਣ ਆਪਾਂ ਇਹ ਲੈਣਾ ਵੀ ਇਹ ਜਿਹੜਾ ਡੈਮੋਕ੍ਰੇਸੀ ਦਾ ਸੰਕਲਪ ਹੈ ਇਹ ਕਦੋਂ ਆਇਆ ਅਤੇ ਕਿਵੇਂ ਆਇਆ। ਇਹਦੇ 'ਚ ਪਲੈਟੋ ਦੀ ਕਿਤਾਬ ਆਈ ਰਿਪਬਲਿਕ, ਉਸ ਤੋਂ ਬਾਅਦ ਅਰਿਸਟੋਟਲ ਦੀ ਕਿਤਾਬ ਆਈ ਪੋਲੀਟਿਕਸ, ਗ੍ਰੀਕ 'ਚ ਹੈ ਦੋਨੋਂ, ਅਤੇ ਇਹ ਅੱਜ ਤੋਂ ਘੱਟੋ ਘੱਟ 2500 ਸਾਲ ਪੁਰਾਣੀ ਗੱਲ ਹੈ। ਸੋ ਆਪਾਂ ਗੱਲ ਕਰਦੇ ਹਾਂ ਅਰਿਸਟੋਟਲ ਦੀ ਜਿਹੜੀ ਕਿਤਾਬ ਹੈ ਪੋਲੀਟਿਕਸ, ਉਸ ਦੇ ਵਿੱਚ ਉਹਨੇ ਕੀ ਕੀਤਾ ਕਿ ਜਿਹੜੇ ਉਸ ਵੇਲੇ ਤੱਕ ਪ੍ਰਚਲਿਤ ਸਿਸਟਮ ਸੀ ਉਹ ਸਾਰੇ ਸਟੱਡੀ ਕੀਤੇ। ਉਹ ਸਟੱਡੀ ਕਰਕੇ ਉਹ ਸਿਸਟਮ ਕੀ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਓਲੀਗਾਰਕੀ, ਮਨਾਰਕੀ, ਬਾਦਸ਼ਾਹ ਜਾਂ ਇੱਕ ਛੋਟੇ ਜਿਹੇ ਗਰੁੱਪ ਵੱਲੋਂ, ਟੋਲੇ ਵੱਲੋਂ ਲੋਕਾਂ ਦੇ ਉੱਤੇ ਰਾਜ ਕਰਨਾ, ਜਿਹੜਾ ਲੋਕਾਂ ਵੱਲੋਂ ਕਿਤੇ ਨਹੀਂ ਉਹ ਚੁਣਿਆ ਜਾਂ ਹੋਰ ਪ੍ਰਵਾਨਿਤ ਹੋਇਆ। ਸੁੱਖ ਸੰਭਾਵ ਉਹ ਸਿਸਟਮ ਸਾਰੇ, ਮਤਲਬ ਪਲੂਟੋਕਰੇਸੀ, ਫਲਾਨਾ ਧਮਕਾ, ਉਹਦੇ ਕਿੰਨੇ ਨਾਂ ਉਹਦੇ ਰੱਖੇ ਜਾ ਸਕਦੇ। ਸੋ ਗੱਲ ਇਹ ਸੀ ਕਿ ਉਹ ਇੱਕ ਛੋਟਾ ਜਿਹਾ ਟੋਲਾ ਹੁੰਦਾ, ਉਹ ਫਿਰ ਲੋਕਾਂ ਦੇ ਉੱਤੇ ਆਪਣਾ ਰਾਜ ਕਰਦਾ। ਸੋ ਅਰਿਸਟੋਟਲ ਨੇ ਕੀ ਕੀਤਾ ਵੀ ਉਹਨੇ ਉਹ ਸਾਰੇ ਸਟੱਡੀ ਕੀਤੇ ਸਿਸਟਮ, ਫਿਰ ਉਹ ਅਲਟੀਮੇਟਲੀ ਉਹ ਸਟੱਡੀ ਤੋਂ ਬਾਅਦ ਉਹ ਇਸ ਸਿੱਟੇ 'ਤੇ ਪਹੁੰਚਿਆ, ਕਹਿੰਦਾ ਡੈਮੋਕ੍ਰੇਸੀ ਇਜ ਪ੍ਰੋਬੇਬਲੀ
ਦੀ ਬੈਸਟ ਸਿਸਟਮ ਇਹਨਾਂ ਸਾਰਿਆਂ 'ਚੋਂ। ਉਹ ਇਸ ਨਿਰਣੇ 'ਤੇ ਪਹੁੰਚ ਗਿਆ ਵੀ ਡੈਮੋਕ੍ਰੇਸੀ ਬੈਸਟ ਸਿਸਟਮ ਹੈ, ਬਟ ਨਾਲ ਉਹਨੇ ਬਟ ਲਾਇਆ, ਇਟ ਹੈਜ਼ ਪ੍ਰੋਬਲਮਸ, ਪਰ ਇਹਦੀਆਂ ਕੁਛ ਕਹਿੰਦਾ ਸਮੱਸਿਆਵਾਂ ਹੈ। ਉਹ ਕਹਿੰਦਾ ਡੈਮੋਕ੍ਰੇਸੀ ਕੀ ਹੈ, ਤੁਸੀਂ ਹਰ ਫਰੀ ਮੈਨ ਨੂੰ ਵੋਟ ਦਾ ਅਧਿਕਾਰ ਦਿੰਦੇ। ਹੁਣ ਫਰੀ ਮੈਨ ਕੀ, ਉਸ ਮੌਕੇ ਸਲੇਵ ਸਿਸਟਮ ਸੀ, ਸਲੇਵ ਨੂੰ ਕੋਈ ਅਧਿਕਾਰ ਨਹੀਂ, ਫਰੀ ਮੈਨ ਜਿਹੜਾ ਸਲੇਵ ਨਹੀਂ, ਸਲੇਵ ਨੂੰ ਵੋਟ ਦਾ ਅਧਿਕਾਰ ਨਹੀਂ, ਔਰਤ ਨੂੰ ਵੋਟ ਦਾ ਅਧਿਕਾਰ। ਇਹ ਦੋ ਸੈਕਸ਼ਨ ਬਾਹਰ ਕੱਢ ਤੇ, ਸੋ ਵੋਟ ਦਾ ਅਧਿਕਾਰ ਹੀ ਪਹਿਲਾਂ ਰਿਸਟ੍ਰਿਕਟ ਕਰ ਲਿਆ, ਸੰਘੇੜ ਲਿਆ। ਉਹ ਕਹਿੰਦਾ ਵੀ ਉਹਦੇ 'ਚ ਵੀ ਪ੍ਰੋਬਲਮ ਹੈ, ਜੇ ਤੁਸੀਂ ਸਾਰੇ ਫਰੀ ਮੈਨ ਜਿਹੜੇ ਮੈਨ ਹੈ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਦਿੰਦੇ। ਕਹਿੰਦਾ ਦੈਨ ਪੂਅਰ ਵਿਲ ਬੀ ਇਨ ਦੀ ਮਜੋਰਟੀ, ਕਿਉਂਕਿ ਪੂਅਰ ਮਜੋਰਟੀ ਹੋਊਗਾ, ਪੂਅਰ ਇਹਦਾ ਮਤਲਬ ਰਿਚ ਤਾਂ ਮਜੋਰਟੀ ਹੋ ਹੀ ਨਹੀਂ ਸਕਦੇ, ਫਿਰ ਰਿਚ ਕਿਵੇਂ ਹੋਣਗੇ ਜੇ ਦੂਜਿਆਂ ਦੀ ਲੁੱਟ ਕਰਕੇ, ਮਤਲਬ ਰਿਚ ਤਾਂ ਹੋਊ ਮਨੋਰਟੀ ਨਾ, ਪਰ ਉਹਨੇ ਮਨੋਰਟੀ ਨੇ ਮਜੋਰਟੀ 'ਤੇ ਰਾਜ ਕਰਨਾ। ਆਹ ਹੈ ਕੁੰਡੀ ਕਿ ਮਨੋਰਟੀ ਨੇ ਮਜੋਰਟੀ 'ਤੇ ਰਾਜ ਕਰਨਾ, ਪਰ ਰਾਜ ਇਹੋ ਜਿਹੇ ਤਰੀਕੇ ਨਾਲ ਕਰਨਾ ਕਿ ਮਜੋਰਟੀ ਨੂੰ ਇਹ ਲੱਗੇ ਕਿ ਸਾਡਾ ਰਾਜ ਹੈ, ਨਹੀਂ ਤਾਂ ਉਹ ਕਹਿਣਗੇ ਤਾਂ ਉਹੀ ਫਿਰ ਬਾਦਸ਼ਾਹਤ ਓਲੀਗਾਰਕੀ ਹੈ, ਇਹ ਮਨਾਰਕੀ ਹੈ, ਇਹ ਡੈਮੋਕ੍ਰੇਸੀ ਕਿਹੜੀ ਹੈ। ਸੋ ਐਕਚੁਅਲੀ ਇਹ ਹੈ ਕਿ ਇਹ ਡਿਵਾਈਸ ਸੀ, ਇੱਕ ਜੁਗਤ ਸੀ ਜਿਹੜੀ ਇਜਾਦ ਕੀਤੀ ਗਈ ਕਿ ਲੋਕਾਂ ਨੂੰ ਇਹ ਭਰਮ 'ਚ ਕਿਵੇਂ ਰੱਖਣਾ ਹੈ, ਇਹ ਤੁਹਾਡਾ ਹੀ ਰਾਜ ਹੈ, ਜਦੋਂ ਕਿ ਅਸਲ 'ਚ ਉਹਨਾਂ ਦਾ ਰਾਜ ਨਹੀਂ ਹੋਣਾ ਚਾਹੀਦਾ। ਉਹਦਾ ਮਤਲਬ ਇਹ ਸੀ, ਜਦੋਂ ਕਹਿਣਾ ਇਟ ਹੈਜ਼ ਪ੍ਰੋਬਲਮ, ਵੀ ਜੇ ਇਹ ਗਰੀਬਾਂ ਦੇ ਹੱਥ 'ਚ ਤਾਕਤ ਆ ਗਈ ਵੋਟ ਨਾਲ, ਫਿਰ ਉਹ ਦੂਜਿਆਂ ਦੀਆਂ ਜਾਇਦਾਦਾਂ ਖੋ ਲੈਣ, ਉਹ ਜਾਇਦਾਦਾਂ ਨਹੀਂ ਖੁਸਣੀਆਂ ਚਾਹੀਦੀਆਂ, ਅਮੀਰ ਆਦਮੀ ਦੇ ਹਿੱਤਾਂ 'ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ। ਫਿਰ ਉਹਨੇ ਉਹਦੀ ਰੈਮੇਡੀ ਜਾਂ ਹੱਲ ਦੱਸਿਆ ਵੀ ਇਹਦਾ ਹੱਲ ਕੀ ਹੈ। ਜਿਹੜਾ ਅਰਿਸਟੋਟਲ ਨੇ ਦੱਸਿਆ ਉਹ ਤਾਂ ਇਹ ਸੀ ਕਿ ਤੁਸੀਂ ਬਰਾਬਰੀ ਤਾਂ ਨਹੀਂ ਲਿਆ ਸਕਦੇ, ਕਿਉਂਕਿ ਅਮੀਰ ਤਾਂ ਰਹਿਣੇ ਚਾਹੀਦੇ, ਅਮੀਰਾਂ ਦੀ ਜਾਇਦਾਦ ਵੀ ਰਹਿਣੀ ਚਾਹੀਦੀ ਹੈ, ਪਰ ਜਿਹੜੀ ਇਨਇਕੁਐਲਿਟੀ ਹੈ ਉਹਨੂੰ ਜਿੰਨਾ ਘਟਾ ਸਕਦੇ ਹੋ ਘਟਾਓ, ਤਾਂ ਕਿ ਲੋਕਾਂ ਦੀ ਜਿਹੜੀ ਬੇਚੈਨੀ ਜਾਂ ਵੱਧ ਜਾਣੀ ਹੈ ਉਹਨੂੰ ਮਿਟੀਗੇਟ ਕਰੋ, ਉਹਨੂੰ ਮਿੱਠੀ ਪਾਓ ਜਿੰਨੀ ਪਾ ਸਕਦੇ ਹੋ, ਅਤੇ ਤਾਂ ਕਿ ਉਹ ਉਹਦੇ 'ਤੇ ਵਰਚੇ ਰਹਿਣ, ਅਤੇ ਨਾਲ ਸੋਸ਼ਲ ਵੈਲਫੇਅਰ। ਹੁਣ ਇਹ ਸੋਸ਼ਲ ਵੈਲਫੇਅਰ ਦਾ ਇਹ ਕਨਸੈਪਟ, ਇਹ ਵੀ ਪੱਛਮੀ ਕਨਸੈਪਟ, ਇਹ ਸਾਰੀਆਂ ਗੱਲਾਂ, ਇਹ ਜਮਹੂਰੀਅਤ, ਸੋਸ਼ਲ ਵੈਲਫੇਅਰ, ਮਨੁੱਖੀ ਅਧਿਕਾਰ, ਜਮਹੂਰੀ ਹੱਕ, ਇਹ ਸਾਡੇ ਵੀ ਹੈਗੀਆਂ ਸੀ, ਅਸੀਂ ਸ਼ਬਦ ਨਹੀਂ ਸੀ ਵਰਤਦੇ, ਸਾਡੇ ਕਿਤੋਂ ਹੋਰ ਆਏ, ਕਿਸੇ ਹੋਰ ਸਰੋਕਾਰ 'ਚੋਂ, ਇਹਨਾਂ ਦੇ ਕਿਸੇ ਹੋਰ ਸਰੋਕਾਰ 'ਚੋਂ ਆਏ। ਇਹਨਾਂ ਦਾ ਸਰੋਕਾਰ ਕੀ ਹੈ, ਵੀ ਅਸੀਂ ਅਮੀਰਾਂ ਨੇ ਗਰੀਬਾਂ 'ਤੇ ਰਾਜ ਕਰਨਾ, ਉਹਦੇ ਵਾਸਤੇ ਫਿਰ ਕੁਛ ਨੋਰਮਸ ਘੜਦੇ ਹੈ, ਅਤੇ ਇਹ ਇਨਸ਼ੋਰ ਕਰਦੇ ਨੇ ਵੀ ਇਹ ਰਾਜ ਤਾਂ ਉਹਨਾਂ ਦੇ ਰਹਿਣਾ ਚਾਹੀਦਾ। ਸੋ ਅਰਿਸਟੋਟਲ ਦੀ ਜਿਹੜੀ ਸਾਰੀ ਸੀਗਾ ਮਾਡਲ, ਉਹ ਸੀ ਏਥਨਸ, ਇੱਕ ਸ਼ਹਿਰ, ਉਦੋਂ ਸਿਟੀ ਸਟੇਟਸ ਹੁੰਦੀਆਂ ਸੀ, ਰੋਮ, ਏਥਨਸ, ਮਕਦੂਨੀਆ, ਮਤਲਬ ਉਦੋਂ ਰਾਜ ਇਸ ਤਰ੍ਹਾਂ ਹੀ ਸੀਗੇ, ਸਿਟੀ ਸਟੇਟਸ। ਸੋ ਉਹਨੇ ਫਿਰ ਇਹ ਲਿਆਂਦਾ, ਜਿੱਥੋਂ ਫਿਰ ਇਹ ਇੱਕ ਵੀ ਜਦ ਵੋਟ ਦਾ ਅਧਿਕਾਰ ਹੋਵੇ ਪਰ ਉਹ ਰਿਸਟ੍ਰਿਕਟਡ ਹੋਵੇ, ਔਰਤਾਂ ਨੂੰ ਨਾ ਦਿਓ ਅਤੇ ਗੁਲਾਮਾਂ ਨੂੰ ਨਾ ਦਿਓ, ਅਤੇ ਦੂਜੀ ਗੱਲ ਵੀ ਇਹ ਇਨਸ਼ੋਰ ਕਰੋ ਵੀ ਉਹ ਅਮੀਰਾਂ ਦੀ ਪ੍ਰੋਪਰਟੀ ਨਾ ਖੋਣ ਤੱਕ ਚਲੇ ਜਾਣ। ਸੋ ਜਿਹਦੇ ਵੱਲੋਂ ਥੋੜ੍ਹੇ ਬੁਰਕੀਆਂ ਸੁੱਟੀ ਚੱਲੋ, ਐਸ 'ਚੋਂ ਆਇਆ। ਹੁਣ ਤੁਸੀਂ ਦੇਖੋ ਇਹ ਕਿੱਡੀ ਕੁ ਨੇਕ ਭਾਵਨਾ ਜਿੱਥੋਂ ਇਹ ਗੱਲ ਆਈ, ਜਿਹੜੀਆਂ ਸਾਡੀਆਂ ਗੱਲਾਂ ਆਈਆਂ ਜੋ ਗੁਰੂ ਲੈ ਕੇ ਆਏ ਉਹ ਕਿਸੇ ਵੱਡੇ ਕੰਸਰਨ 'ਚੋਂ ਲੈ ਕੇ ਆਏ, ਉਹ ਆਪਾਂ ਬਾਅਦ 'ਚ ਕਰਾਂਗੇ, ਅਜੇ ਮੈਂ ਇਸ ਬਾਰੇ ਗੱਲ ਕਰ ਰਿਹਾ। ਜਿਹੜਾ ਸਿੱਖ ਵਿਊ ਆਫ ਡੈਮੋਕ੍ਰੇਸੀ ਹੈ ਉਹ ਕੀ ਹੈ ਭਲਾ, ਉਹ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਆਪਾਂ ਇਹਦੀ ਗੱਲ ਕਰਦੇ। ਸੋ ਇਹ ਤਾਂ ਉਹਨਾਂ ਦਾ ਗੁਰੂ ਸੀ ਨਾ ਅਰਿਸਟੋਟਲ ਅਤੇ ਪਲੈਟੋ ਜਿਹੜੇ ਲੈ ਕੇ ਆਏ, ਅਤੇ ਬੜੇ ਨੰਗੇ ਚਿੱਟੇ ਸ਼ਬਦਾਂ ਦੇ ਵਿੱਚ ਲੈ ਕੇ। ਹੁਣ ਉਸ ਤੋਂ ਬਾਅਦ ਜਿਹੜੀ ਡੈਮੋਕ੍ਰੇਸੀ ਦਾ ਕੰਸੈਪਟ ਅਤੇ ਸਾਰਾ ਇਹਦਾ ਅਮਲ,
ਜਿਹੜਾ ਇੰਪਰੂਵ ਹੋਇਆ, ਪਰਫੈਕਟ ਹੋਇਆ ਜਾ ਕੇ, ਉਹ ਉਹਦੇ ਦੋ ਬਣਦੇ ਨੇ, ਇੱਕ ਇੰਗਲੈਂਡ ਇੱਕ ਅਮਰੀਕਾ, ਜਿੱਥੇ ਅੱਜ ਵੀ ਕਹਿੰਦੇ ਵੀ ਉੱਥੇ ਮਚਿਓਰ ਡੈਮੋਕਰੇਸੀ, ਉੱਥੇ ਵਰਕਿੰਗ ਡੈਮੋਕਰੇਸੀ, ਉੱਥੇ ਸਾਡੇ ਵਾਂਗੂ ਨਹੀਂ ਹੈਗੀ। ਮਤਲਬ ਉਹਨਾਂ ਦੇ ਸਿਸਟਮ ਬੜੇ ਪਰਫੈਕਟ, ਜੇ ਉਹ ਨਾ ਹੋਣ ਤਾਂ ਉਹ ਚੱਲਣ ਨਾ, ਪਰ ਉਹ ਪਰਫੈਕਟ ਕੀ ਨਾ। ਹੁਣ ਜਿਹੜਾ ਅਮਰੀਕਾ ਦੇ ਵਿੱਚ ਜੋ ਵੀ ਸਾਰਾ ਇੱਕ ਕਨਸੈਪਟ ਗਾਹਾਂ ਫਿਰ ਇੰਪਰੂਵ ਹੋਇਆ, ਰਿਫਾਈਨ ਹੋਇਆ, ਅਤੇ ਮੁੜ ਕੇ ਉਹਨੇ ਇੱਕ ਪੂਰਾ ਰੂਪ ਧਾਰਨ ਕੀਤਾ, ਉਹਦੇ ਵਿੱਚ ਤਾਂ ਸੈਂਕੜਿਆਂ ਦੀ ਗਿਣਤੀ 'ਚ ਸਕੋਲਰਸ ਦਾ ਰੋਲ ਹੈ, ਇੱਕ ਦਾ ਨਹੀਂ। ਪਰ ਫਿਰ ਵੀ ਉਹਨਾਂ 'ਚੋਂ ਕੁਛ ਬੰਦੇ ਨੇ ਜਿਨ੍ਹਾਂ ਦੇ ਆਪਾਂ ਨਾਂ ਗਿਣ ਸਕਦੇ ਹਾਂ, ਜਿਨ੍ਹਾਂ 'ਚੋਂ ਇੱਕ ਜਿਹੜਾ ਹੈ ਉਹ ਜੇਮਸ ਮੈਡੀਸਨ ਸੀ, ਉਹ ਫੋਰਥ ਪ੍ਰੈਜੀਡੈਂਟ ਸੀ ਅਮਰੀਕਾ ਦਾ, ਅਤੇ ਜਿਹੜਾ ਪਹਿਲਾ ਪ੍ਰੈਜੀਡੈਂਟ ਸੀ ਜਾਰਜ ਵਾਸ਼ਿੰਗਟਨ, ਉਹਦਾ ਉਹ ਸਲਾਹਕਾਰ ਸੀ, ਅਤੇ ਐਡਾ ਬ੍ਰਿਲੀਅੰਟ ਮਾਇੰਡ ਸੀ ਵੀ ਪ੍ਰਿੰਸਟਨ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕਰਨ ਗਿਆ, 3 ਸਾਲਾਂ ਦਾ ਕੋਰਸ ਸੀ, 2 ਸਾਲਾਂ 'ਚ ਪੂਰਾ ਕਰ ਲਿਆ। ਉਦੋਂ ਪ੍ਰਿੰਸਟਨ ਯੂਨੀਵਰਸਿਟੀ ਨੂੰ ਕਾਲਜ ਆਫ ਨਿਊ ਜਰਸੀ ਕਹਿੰਦੇ ਹੁੰਦੇ ਸੀ, ਪਰ ਉਹਦਾ ਪੱਧਰ ਸੀ ਪੂਰਾ ਉਦੋਂ ਵੀ ਇੱਕ ਮਤਲਬ ਨਾਮਵਰ ਇੰਸਟੀਟਿਊਸ਼ਨ ਸੀ। ਸੋ ਫਿਰ ਇਹ ਜੇਮਸ ਮੈਡੀਸਨ ਨੇ ਉਹਨੂੰ ਇੰਪਰੂਵ ਸਾਰਾ ਉਹ ਵਿਚਾਰ ਲੈ ਕੇ ਆਏ। ਚਲੋ ਇਹ ਇੱਕ ਲੰਬੀ ਕਹਾਣੀ, ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦਾ, ਫੈਡਰਲਿਜ਼ਮ ਦਾ ਕਨਸੈਪਟ ਕਿਵੇਂ ਆਇਆ, ਪ੍ਰਵਾਨ ਕਿਵੇਂ ਹੋਇਆ, ਉਹ ਤਾਂ ਇੱਕ ਬਹੁਤ ਹੀ ਪ੍ਰੋਸੈਸ ਹੀ ਵੱਖਰਾ, ਜਿੱਥੇ ਪੈ ਪੈ ਇੱਕ ਤਾਂ ਉਹਨਾਂ ਨੂੰ ਇੰਗਲੈਂਡ ਤੋਂ ਆਜ਼ਾਦ ਹੋਣ ਦੀ ਲੜਾਈ ਲੜੀ ਨਾ ਉਹਨਾਂ, ਉਹ ਲੜਾਈ ਨੇ ਉਹਨਾਂ ਨੂੰ ਬੜਾ ਕੁਛ ਉਹਨਾਂ ਦੇ ਵਿੱਚ ਭਰਿਆ ਆਜ਼ਾਦੀ ਬਾਰੇ। ਸੋ ਆਜ਼ਾਦੀ ਨਾਲ ਪਿਆਰ ਹੈ ਉਹਨਾਂ ਲੋਕਾਂ ਨੂੰ। ਅਤੇ ਦੂਜਾ ਸਟੇਟਸ, ਪਹਿਲਾਂ 13 ਸਟੇਟਸ ਹੀ ਸੀ ਉਹਨਾਂ ਨਾਲ ਜਿਹੜੀਆਂ ਜੁੜੀਆਂ, ਜਿਹੜੀ ਉਹ ਫੈਡਰਲ ਗੌਰਮੈਂਟ ਬਣੀ, ਬਾਕੀ ਸਟੇਟਸ ਉਹਨਾਂ ਦੀ ਕਨਫੈਡਰੇਸ਼ਨ ਸੀਗੀ। ਉਹ ਸਟੇਟਸ ਤਾਂ ਪੈਰ ਪੈਰ 'ਤੇ ਅੜੀ ਗਈਆਂ ਫੈਡਰਲਿਜ਼ਮ ਦੇ ਮਸਲੇ 'ਤੇ, ਵੀ ਆਹ ਅਧਿਕਾਰ ਨਹੀਂ ਅਸੀਂ ਫੈਡਰਲ ਗੌਰਮੈਂਟ ਨੂੰ ਦੇਣਾ, ਆਹ ਨਹੀਂ ਦੇਣਾ, ਆਹ ਨਹੀਂ ਦੇਣਾ। ਉੱਥੇ ਉਹ ਜਿਹੜਾ ਸਾਰਾ ਫੈਡਰਲ ਜੋ ਉੱਭਰਿਆ, ਉਹ ਤਾਂ ਇੰਚ ਇੰਚ ਦੀ ਲੜਾਈ ਹੋਈ ਹੈ ਇੱਕ ਇੱਕ ਗੱਲ 'ਤੇ। ਸਾਡੇ ਕਿੱਥੇ ਹੋਈ ਹੈ, ਸਾਡਾ ਕੰਸਟੀਟਿਊਸ਼ਨ ਕਿਵੇਂ ਹੋਂਦ 'ਚ ਆਇਆ, ਇੱਕ ਕੰਸਟੀਚੁਐਂਟ ਅਸੈਂਬਲੀ ਬਣ ਗਈ ਸਾਰੀ ਸਾਂਝੀ ਜੀ, ਅਤੇ ਉਹਦੇ ਵਿੱਚੋਂ ਮਤਲਬ ਇੱਕ ਟੀਮ ਬਣ ਗਈ 7 ਮੈਂਬਰਾਂ ਦੀ, ਉਹਨਾਂ ਨੇ ਕੰਸਟੀਟਿਊਸ਼ਨ ਲਿਖ ਲਿਆ। ਆਫਕੋਰਸ ਉਹਦਾ ਚੇਅਰਮੈਨ ਅੰਬੇਦਕਰ ਸੀਗਾ। ਹੁਣ ਡਾਕਟਰ ਅੰਬੇਦਕਰ ਖੁਦ ਮਤਲਬ ਸਾਰੀ ਉਹ ਵੈਸਟਰਨ ਐਜੂਕੇਸ਼ਨ ਦਾ ਉਹ ਕਨਸੈਪਟ ਦਾ ਉਹ ਆਪ ਹੀ ਕਹਿੰਦਾ ਵੀ ਉਹੀ ਪੜ੍ਹਿਆ ਹੋਇਆ ਸੀ। ਖੈਰ ਦਲਿਤ ਦਲਿਤ ਭਾਈਚਾਰੇ ਨੂੰ ਦੈਟ ਵੇ ਉਹਦੇ ਹਿੱਤਾਂ ਵਾਸਤੇ ਉੱਠ ਸੀ ਵੀ ਠੀਕ। ਅਤੇ ਚਲੋ ਆਪਾਂ ਉਸ ਡਿਟੇਲ 'ਚ ਨਾ ਜਾਈਏ ਵੀ ਇੱਥੇ ਤਾਂ ਕੰਸਟੀਟਿਊਸ਼ਨ ਹੋਂਦ ਹੀ ਹੋਰ ਤਰ੍ਹਾਂ ਆਇਆ। ਇੱਥੇ ਤਾਂ ਉਹ ਜਿਵੇਂ ਖਰਾਤ ਦੇ ਰਹੇ ਨੇ ਵੀ ਅਸੀਂ ਚਲੋ ਆਹ ਮਨਿਓਰਟੀ ਨੂੰ ਇੰਨੀ ਕੁ ਦੇ ਦਿੰਦੇ ਹਾਂ, ਉਹ ਵੀ ਨਹੀਂ ਦੇਣ ਨੂੰ ਤਿਆਰ ਸੀ। ਉੱਥੇ ਉਹ ਅਗਲੇ ਧੌਣ 'ਤੇ ਗੋਡਾ ਰੱਖ ਕੇ ਮਨਾ ਰਹੇ ਨੇ। ਆਹ ਫਰਕ ਹੈ ਦੋਵਾਂ ਥਾਵਾਂ ਦਾ। ਹੋਰ ਉਹਨਾਂ ਨੇ ਕੋਈ ਚਾਰ ਨੂੰ ਨਹੀਂ ਸੀ ਦਿੱਤੇ, ਇਹ ਜਿਹੜੇ ਸਾਰੇ ਰਾਈਟ ਸਟੇਟਾਂ ਨੂੰ ਦਿੱਤੇ ਜਾਂ ਲੋਕਾਂ ਨੂੰ ਦਿੱਤੇ। ਹੁਣ ਉਹਦੇ ਵਿੱਚ ਜਿਹੜੀ ਗੱਲ ਆਈ, ਮਤਲਬ ਜੇਮਸ ਮੈਡੀਸਨ ਨੇ ਵੀ ਇਹੀ ਗੱਲ ਕਹੀ, ਉਹੀ ਗੱਲ ਅਰਿਸਟੋਟਲ ਆਈ ਵੀ ਸਿਸਟਮ ਇਹ ਬੈਸਟ ਹੈ, ਇਹਦੂ ਬਿਨਾਂ ਗੁਜ਼ਾਰਾ ਨਹੀਂ। ਕਿਉਂਕਿ ਉਹਦੇ ਸਾਹਮਣੇ ਅਰਿਸਟੋਟਲ ਸਾਹਮਣੇ ਏਥਨਸ ਦਾ ਮਾਡਲ ਸੀ, ਅਤੇ ਜੇਮਸ ਮੈਡੀਸਨ ਦੇ ਸਾਹਮਣੇ ਇੰਗਲੈਂਡ ਦਾ ਮਾਡਲ ਸੀ। ਉਹਨੇ ਉਹਦੇ ਬੇਸ ਕੀਤਾ ਵੀ ਇਹਦੇ 'ਚ ਹੋਰ ਕੀ ਇੰਪਰੂਵਮੈਂਟਸ ਹੋ ਸਕਦੇ ਹਨ। ਸੋ ਉੱਥੇ ਜੇ ਤੁਸੀਂ ਸੁਣਿਆ ਹੋਣਾ ਨਿਊਯਾਰਕ 'ਚ ਮੈਡੀਸਨ ਸਕੇਅਰ, ਜਿੱਥੇ ਜਦੋਂ ਮਤਲਬ ਮੋਦੀ ਵੀ ਜਾਂਦਾ ਉੱਥੇ ਉਹ ਹੁੰਦਾ ਹੈ ਨਾ, ਆਪਣੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੁਲਾਈ ਸਿੱਖ ਕਨਵੈਨਸ਼ਨ ਹੋਈ, ਉਹ ਵੀ ਉੱਥੇ ਹੋਈ। ਸਭ ਤੋਂ ਮਹਿੰਗੀ ਜਗ੍ਹਾ 'ਤੇ ਇੰਪੋਰਟੈਂਟ ਉਹ ਇਸੇ ਸ਼ਖਸ ਦੇ ਨਾਂ 'ਤੇ ਉਹ ਬਣਿਆ ਹੋਇਆ। ਸੋ ਇਹ ਫੋਰਥ ਪ੍ਰੈਜੀਡੈਂਟ ਸੀ ਜਿਹੜਾ 2 ਟਰਮਾਂ ਦੇ ਵਿੱਚ 8 ਸਾਲ ਪ੍ਰੈਜੀਡੈਂਟ ਰਿਹਾ। ਪਹਿਲਾਂ ਉਹ ਸੈਕਟਰੀ ਆਫ ਸਟੇਟ ਰਿਹਾ, ਮਤਲਬ ਬੜਾ ਇੰਪੋਰਟੈਂਟ ਬੰਦਾ ਸੀ। ਹੁਣ ਤੁਸੀਂ ਉਹ ਦੇਖੋ ਉਹ ਕੀ ਕਹਿ ਰਿਹਾ ਡੈਮੋਕ੍ਰੇਸੀ ਬਾਰੇ, ਜਿਹਨੂੰ ਮੈਂ ਆਪਾਂ ਕਹਿੰਦੇ ਹਾਂ ਨਾ ਵੀ ਇਹਨੂੰ ਹਿਸਟੋਰੀਸਾਈਜ਼ ਕਰੋ ਫਿਰ ਤੁਹਾਨੂੰ ਪਤਾ ਲੱਗੂ। ਮੈਂ ਤੈਨੂੰ ਉਹਦੇ ਲੈਣੇ ਮਤਲਬ ਪੜ੍ਹ ਕੇ ਸੁਣਾਉਣਾ।
ਇਹਨੇ ਵੀ ਉਹੀ ਪੁਆਇੰਟ ਬਣਾਇਆ ਜਿਹੜਾ ਆਪਣਾ ਬਣਾਇਆ ਸੀਗਾ ਅਰਿਸਟੋਟਲ ਨੇ। ਕਹਿੰਦਾ ਇਫ ਫਰੀ ਮੈਨ ਹੈਡ ਡੈਮੋਕ੍ਰੇਸੀ ਦੈਨ ਦੀ ਪੂਅਰ ਫਾਰਮਰਸ ਵੁੱਡ ਇਨਸਿਸਟ ਔਨ ਟੇਕਿੰਗ ਪ੍ਰੋਪਰਟੀ ਫਰਾਮ ਦੀ ਰਿਚ। ਵੀ ਆਹ ਇੱਕ ਖਤਰਾ ਹੈ ਡੈਮੋਕ੍ਰੇਸੀ ਦਾ, ਸੋ ਉਹ ਖਤਰੇ ਤੋਂ ਕਦੇ ਵੀ ਅਵੇਸਲੇ ਨਹੀਂ ਹੋਏ। ਵੀ ਡੈਮੋਕ੍ਰੇਸੀ ਤੋਂ ਬਗੈਰ ਗੁਜ਼ਾਰਾ ਨਹੀਂ, ਪਰ ਡੈਮੋਕ੍ਰੇਸੀ 'ਚ ਇੱਕ ਲੁਕਿਆ ਪਿਆ ਖਤਰਾ, ਉਹ ਖਤਰੇ ਨੂੰ ਕਿਵੇਂ ਟਾਲਣਾ। ਬਸ ਉਹਦੇ 'ਚ ਉਹ ਲਗਾਤਾਰ ਨਵੀਆਂ ਤੋਂ ਨਵੀਆਂ ਘਾੜਤਾਂ ਅਤੇ ਯੋਗਤਾਂ ਉਹ ਇੰਪਰੂਵ ਕਰਦੇ ਆਏ। ਉਹਦਾ ਫਿਰ ਉਹਨੇ ਹੱਲ ਦਿੱਤਾ ਵੀ ਇਹਨੂੰ ਇਹ ਥਰੈਟ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ, ਇਹ ਅਣਹੋਣੀ ਨੂੰ ਕਿਵੇਂ ਟਾਲਿਆ ਜਾ ਸਕਦਾ ਵੀ ਉਹ ਕਿਤੇ ਉਹਨਾਂ 'ਤੇ ਕਬਜ਼ਾ ਹੀ ਨਾ ਕਰ ਲੈਣ ਸਾਰੇ ਕੁਛ ਤੇ। ਹਾਂ, ਕਹਿੰਦਾ ਵੀ ਸ਼ੁੱਡ ਰਿਡਿਊਸ ਡੈਮੋਕ੍ਰੇਸੀ ਸੋ ਦੀ ਪੂਅਰ ਬੌਂਡ ਵੀ ਏਬਲ ਟੂ ਗੈਟ ਟੂਗੈਦਰ ਟੂ ਡੂ ਦਿਸ। ਵੀ ਉਹ ਡੈਮੋਕ੍ਰੇਸੀ ਦੇ ਇੰਨੇ ਕੁ ਪੇਚ ਕੱਸ ਦਿਓ ਕਿ ਜਿਹੜੇ ਗਰੀਬ ਬੰਦੇ ਨੇ ਉਹ ਕਿਤੇ ਇੱਕ ਮੁੱਠ ਜਾਂ ਜਥੇਬੰਦ ਹੋ ਕੇ ਉਹ ਤੁਹਾਡੇ ਉੱਥੋਂ ਕੁਛ ਖੋ ਨਾ ਸਕਣ। ਇਹ ਸੀ ਉਹਦਾ। ਉਹ ਕਹਿੰਦਾ ਸਤਾ ਉਹਨਾਂ ਲੋਕਾਂ ਦੇ ਹੱਥ 'ਚ ਰਹੇ ਜਿਨ੍ਹਾਂ ਦੀਆਂ ਹਮਦਰਦੀਆਂ ਅਮੀਰ ਲੋਕਾਂ ਨਾਲ ਅਤੇ ਪ੍ਰੋਪਰਟੀ ਨਾਲ, ਪ੍ਰੋਪਰਟੀਡ ਲੋਕ ਜਿਹੜੇ ਜਾਇਦਾਦਾਂ ਦੇ ਮਾਲਕ ਲੋਕਾਂ ਨਾਲ ਹੈ, ਜਾਇਦਾਦਾਂ ਤੋਂ ਵਿਹੂਣੇ ਲੋਕਾਂ ਨਾਲ ਨੇ। ਸੋ ਜੇ ਉਹ ਹਮਦਰਦ ਨੂੰ ਫਿਰ ਭਾਵੇਂ ਗਰੀਬਾਂ 'ਚੋਂ ਵੀ ਚੁਣ ਕੇ ਆ ਜਾਣ ਕੋਈ ਗੱਲ ਨਹੀਂ। ਸੋ ਇਹ ਜਿਹੜੀ ਸੈਨੇਟ ਹੈ ਅਮਰੀਕਾ ਦੀ, ਜਿਹੜੀ ਕਾਂਗਰਸ ਹੈ, ਅਤੇ ਉਹ ਸਾਡੇ ਤਾਂ ਬੜਾ ਰੋਹ ਪੈਂਦਾ ਵੀ ਬੜੇ ਬੰਦੇ ਕੋਈ ਪ੍ਰਿੰਸਟਨ 'ਚੋਂ ਆ ਰਿਹਾ, ਕੋਈ ਸਟੈਨਫਰਡ 'ਚੋਂ, ਕੋਈ ਹਾਰਵਰਡ 'ਚੋਂ, ਹੈ ਨਾ, ਪੜ੍ਹ ਪੜ੍ਹ ਕੇ, ਪਰ ਉਹ ਇਸ ਚੌਕਟੇ 'ਚ ਹੀ ਕੰਮ ਕਰਦੇ, ਇਹ ਕੰਮ ਕਰਨਾ ਹੁੰਦਾ ਉਹਨਾਂ ਨੇ। ਇਸੇ ਕਰਕੇ ਉੱਥੇ ਕੋਈ ਬੁਨਿਆਦੀ ਬਦਲਾਅ ਆ ਨਹੀਂ ਰਿਹਾ, ਨਾ ਉੱਥੇ ਗਰੀਬੀ ਖਤਮ ਹੋਈ ਹੈ, ਨਾ ਉੱਥੇ ਭੁੱਖ, ਮਤਲਬ ਉਹ ਪਾੜਾ ਦਾ ਘਟਿਆ ਨਹੀਂ। ਅਤੇ ਪਰ ਉਹਨਾਂ ਨੇ ਉਹ ਮਤਲਬ ਖਤਰਾ ਟਾਲ ਲਿਆ, ਜਿੱਥੇ ਕੋਈ ਵੱਡੀ ਸਮੱਸਿਆ ਨਹੀਂ ਆਈ। ਹੁਣ ਇਹੀ ਬੰਦੇ ਜਿਹੜੇ ਇਹ ਸੀ, ਇਹ ਕਹਿ ਰਹੇ ਸੀ ਵੀ ਸਲੇਵਸ ਨੂੰ ਕੋਈ ਅਧਿਕਾਰ ਨਹੀਂ ਚਾਹੀਦਾ ਵੋਟ ਦਾ। ਮਤਲਬ ਕਿੰਨੇ ਸੌ ਸਾਲ ਨਾ ਗੁਲਾਮਾਂ ਨੂੰ ਕੋਈ ਅਧਿਕਾਰ, ਨਾ ਔਰਤਾਂ ਨੂੰ, ਇਹ ਜਿਹੜੇ ਅੱਜ ਫੜਾ ਮਾਰਦੇ ਨਾ ਔਰਤ ਦੀ ਆਜ਼ਾਦੀ ਦੀਆਂ, ਵੀ ਸਿੱਖਾਂ 'ਚ ਤਾਂ ਇਹ ਉਦੋਂ ਵੀ ਅਧਿਕਾਰ ਸੀ, ਬਰਾਬਰ ਸੀਗੀਆਂ, ਅਤੇ ਪਰ ਇੱਥੇ ਉਹਨਾਂ ਨੇ ਉਹ ਨਹੀਂ ਸੀ ਦਿੱਤਾ ਉਹਨਾਂ ਨੂੰ ਪਹਿਲਾਂ ਹੀ। ਸੋ ਜਿਹਦਾ ਮਤਲਬ ਉਹ ਥਰੈਟ ਜਿਹੜਾ ਇੱਕ ਖਤਰਾ ਡੈਮੋਕ੍ਰੇਸੀ ਤੋਂ, ਉਹਨੂੰ ਟਾਲਣ ਦਾ ਇੱਕ ਤਰੀਕਾ ਇਹ ਹੈ ਵੀ ਤੁਸੀਂ ਲੋਕਾਂ ਦੀ ਵੋਟਿੰਗ ਰਾਈਟ ਨੂੰ ਵੀ ਰਿਸਟ੍ਰਿਕਟ ਕਰ ਦਿਓ। ਸੋ ਕਾਫੀ ਚਿਰ ਉਹ ਰਜਿਸਟ ਕੀਤਾ, ਫਿਰ ਅਖੀਰ ਨੂੰ ਜਦੋਂ ਵੱਡੀਆਂ ਲਹਿਰਾਂ ਉੱਠ ਖੜੀਆਂ, ਖਾਸ ਕਰਕੇ 1963 ਦੇ ਵਿੱਚ ਅਮਰੀਕਾ 'ਚ ਜਿਹੜੀ ਸਿਵਲ ਰਾਈਟਸ ਮੂਵਮੈਂਟ ਉੱਠੀ, ਅਤੇ ਉਦੋਂ ਬਾਅਦ ਜਿੱਥੇ ਮਾਰਟਿਨ ਲੂਥਰ ਕਿੰਗ ਆਇਆ, ਜਿੱਥੇ ਮਤਲਬ ਹੋਰ ਬੰਦੇ ਆਏ, ਅਤੇ ਉਦੋਂ ਬਾਅਦ ਜਾ ਕੇ ਸਲੇਵਸ ਨੂੰ ਇਹਨਾਂ ਨੇ ਅਧਿਕਾਰ ਦਿੱਤੇ ਅਤੇ ਔਰਤਾਂ ਨੂੰ ਅਧਿਕਾਰ ਦਿੱਤੇ। ਪਰ ਉਦੋਂ ਤੱਕ ਇਹਨਾਂ ਨੇ ਉਹ ਸਿਸਟਮ ਇੰਨਾ ਡਿਵੈਲਪ ਕਰ ਲਿਆ, ਇੰਨਾ ਬ੍ਰੇਨ ਵਾਸ਼ ਕਰ ਲੈਂਦੇ ਆ ਬੰਦੇ ਦਾ, ਵੀ ਉਹਦੇ ਮਨ 'ਚ ਉਹ ਗੱਲ ਆਵੇ ਨਾ, ਥੱਲੋਂ ਇੰਤਜ਼ਾਮ ਕਰ ਲੈਂਦੇ ਆ, ਫਿਲਟਰ ਲਾ ਲਾ ਕੇ ਬੰਦੇ ਕਿਹੜੇ ਕਾਂਗਰਸ 'ਚ ਪਹੁੰਚਣਗੇ, ਸੈਨੇਟ 'ਚ ਕਿਹੜੇ ਪਹੁੰਚਣਗੇ, ਅਤੇ ਜੇ ਦੋ ਚਾਰ ਬਾਕੀ ਪਹੁੰਚ ਜਾਣ, ਰੌਲਾ ਪਾਈ ਜਾਣ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਮੇਰੇ ਕਹਿਣ ਤੋਂ ਇਹ ਭਾਵ ਹੈ ਵੀ ਇਹ ਜਿਹੜਾ ਡੈਮੋਕ੍ਰੇਸੀ ਸਾਨੂੰ ਬਹੁਤ ਵੱਡੀ ਗੱਲ ਲੱਗਦੀ, ਇੱਕ ਪੱਖੋਂ ਵੱਡੀ ਹੈ, ਸਾਨੂੰ ਇਹ ਲੱਗਦਾ ਕਿ ਰਾਜੇ ਮਹਾਰਾਜਿਆਂ ਨਾਲੋਂ ਇੱਥੇ ਵੱਧ ਨਿਆਂ ਮਿਲਦਾ ਹੈ। ਕਿਉਂਕਿ ਗੱਲ ਬੰਦੇ ਸਾਹਮਣੇ ਕੀ ਸੀ, ਜਿਹੜਾ ਪਹਿਲੇ ਸਿਸਟਮ ਸੀ ਸਾਰੇ, ਉਹਦੇ 'ਚ ਤਾਂ ਸਾਰਾ ਕੁਛ ਰਾਜੇ 'ਤੇ, ਜੇ ਤਾਂ ਉਹ ਦਿਆਵਾਨ ਹੈ ਠੀਕ ਹੈ, ਅਤੇ ਜੇ ਉਹਦੇ ਮਨ 'ਚ ਦਇਆ ਨਹੀਂ, ਜ਼ਾਲਮ ਹੈ, ਫਿਰ ਤੁਹਾਡੀ ਜ਼ਿੰਦਗੀ ਲੈਣ ਦਾ ਹੱਕ ਵੀ, ਮਤਲਬ ਉਹਨੂੰ ਤਾਂ ਉਹਦੇ ਅਹਿਲਕਾਰਾਂ ਹੇਠਾਂ ਕਿਸੇ ਵੀ ਉਹਦੇ ਅਹਿਲਕਾਰ ਨੂੰ ਲੱਗਿਆ ਵੀ ਆਹ ਬੰਦਾ ਮਾਰ ਦੇਣਾ ਚਾਹੀਦਾ, ਮਾਰ ਦੇ, ਮਤਲਬ ਤਾਂ ਕੋਈ ਉਹਦੇ ਕੋਲ ਹੱਕ ਕੋਈ ਨਹੀਂ ਦੂਜੇ ਕੋਲ। ਸੋ ਆਰਬਿਟਰੇਰੀ ਤੁਸੀਂ ਮਤਲਬ ਉਹਨੂੰ ਬੰਦੇ ਨੂੰ ਮਾਰ ਸਕਦੇ ਹੋ। ਸੋ ਇਹ ਇੱਕ ਕੰਸਰਨ ਫਿਰ ਜਾਗ ਗਿਆ।
ਵੀ ਜਿਹੜੀ ਇਸ ਤਰ੍ਹਾਂ ਦੀ ਆਰਬਿਟਰੀ ਜਾਨ ਲੈ ਲੈਣੀ ਇੱਕ ਦੂਜੇ ਦੀ, ਇਹ ਬੰਦ ਹੋਣੀ ਚਾਹੀਦੀ ਹੈ, ਨਿਆਂ ਹੋਣਾ ਚਾਹੀਦਾ। ਸੋ ਉਹਦਾ ਫਿਰ ਇਹ ਸੀ ਕਿ ਸਟੇਟ ਦਾ ਜਿਹੜਾ ਪਰਸੀਕਿਊਸ਼ਨ ਹੈ, ਜਿਹੜਾ ਸਟੇਟ ਵੱਲੋਂ ਜ਼ੁਲਮ ਹੈ, ਉਹ ਤੋਂ ਬੰਦੇ ਦੇ ਬਚਾਅ ਦਾ ਢੰਗ ਇਹੀ ਹੈ ਕਿ ਫਰੀ ਐਂਡ ਫੇਅਰ ਸਪੀਡੀ ਟ੍ਰਾਇਲ, ਮੁਕੱਦਮਾ ਚੱਲੇ ਜਿਹ 'ਚ ਉਹਨੂੰ ਵੀ ਆਪਦੀ ਗੱਲ ਰੱਖਣ ਦਾ, ਆਪਦੇ ਆਪ ਨੂੰ ਡਿਫੈਂਡ ਕਰਨ ਦਾ ਅਧਿਕਾਰ ਹੋਵੇ, ਅਤੇ ਉਹ ਇੱਦੂ ਬਿਨਾਂ ਨਹੀਂ। ਮਤਲਬ ਹੁਣ ਉਹ ਕੀ ਫਰੀ ਦਵਾ ਨਾ ਕੋਈ ਹੋਵੇ ਐਂਡ ਫੇਅਰ ਸਪੀਡੀ ਟ੍ਰਾਇਲ, ਇਹ ਨਹੀਂ ਵੀ 30-30 ਸਾਲ ਫੈਸਲੇ ਹੋਣ ਲੱਗ ਜਾਣ, ਮਤਲਬ ਉਹਨਾਂ ਦਾ ਇਹ ਸੀ ਵੀ ਆਹ ਹੋ ਗਈ, ਪਰ ਫਰੀ ਨਹੀਂ ਹੋਇਆ। ਅੱਜ ਵੀ ਨਹੀਂ, ਅੱਜ ਵੀ ਉੱਥੇ ਜੋ ਕਾਲਿਆਂ ਨਾਲ ਜੋ ਕ੍ਰਾਈਮ ਕਾਲਾ ਕਰਦਾ ਅਤੇ ਜੋ ਗੋਰਾ ਕਰਦਾ ਉਹ ਸਾਫ਼ ਫਰਕ ਹੈ, ਅਤੇ ਇਹ ਹਰ ਜਗ੍ਹਾ ਹੀ ਹੈ। ਫਿਰ ਤਾਕਤ ਕਿਹਦੇ ਕੋਲ ਹੈ? ਸੰਤ ਆਪਣੇ ਸੰਤ ਪਿੰਡਰਾਂ ਵਾਲੇ ਰੋਜ਼ ਆਪਦਾ ਵਿਖਿਆਨ 'ਚ ਦੱਸਦੇ ਹੁੰਦੇ ਸੀ ਵੀ ਦੇਖ ਲਓ ਦੋ ਕਾਨੂੰਨ ਹੈ ਸਾਡੇ ਵਾਸਤੇ, ਹੋਰ ਮਜੋਰਟੀ ਵਾਲਿਆਂ ਵਾਸਤੇ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ। ਸੋ ਇਹ ਗੱਲ ਖਤਮ ਨਹੀਂ ਹੋਈ, ਪਰ ਕੁਛ ਹੱਦ ਤੱਕ ਲੋਕਾਂ ਨੂੰ ਇੱਕ ਇਲਿਊਜ਼ਨ ਜ਼ਰੂਰ ਦਿੱਤਾ ਵੀ ਤੁਹਾਨੂੰ ਕਾਨੂੰਨ ਹੈਗਾ ਅਦਾਲਤ। ਤੁਸੀਂ ਦੇਖੋ ਨਾ ਕਿੱਡੇ ਕਿੱਡੇ ਢਾਂਚੇ ਆ, ਕੋਈ ਜੱਜਾਂ ਦੀ ਗਿਣਤੀ ਕਰੋ ਸਾਰੇ ਦੇਸ਼ 'ਚ, ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ, ਵਕੀਲਾਂ ਦੀ ਗਿਣਤੀ ਕਰੋ ਕਿੱਡੀਆਂ ਫਰਮਾਂ, ਕਿੰਨੇ ਵਕੀਲ, ਢਾਂਚਾ ਤਾਂ ਬਹੁਤ ਵੱਡਾ, ਉਲਝੇ ਰਹੋ ਉਹਦੇ 'ਚ, ਉਹ ਕਿੰਨਾ ਕੁ ਇਨਸਾਫ ਮਿਲਦਾ। ਹੁਣ ਹੀ ਆਪਾਂ ਦੇਖ ਲਿਆ ਜੈਪਾਲ ਭੁੱਲਰ ਦਾ, ਜੈਪਾਲ ਭੁੱਲਰ ਕੀ ਤੂੰ ਕਿੰਨੇ ਮਾਮਲੇ ਜਿਹੜੇ ਮਰਜ਼ੀ ਚੁੱਕ ਲਓ, ਕਿਹੜਾ ਇੱਥੇ ਇਨਸਾਫ ਅਤੇ ਕਿਹੜਾ ਵਾ। ਸੋ ਇਹ ਜਿਹੜੀ ਗੱਲ ਹੈ ਨਾ ਕਿ ਜਿਹੜਾ ਸਾਨੂੰ ਇੱਕ ਅਲੂਜਨ ਪਾਤਾ ਵੀ ਆਹ ਡੈਮੋਕਰੇਸੀ ਹੈ, ਅਤੇ ਇਦੂ ਗਾਂ ਤਾਂ ਕੋਈ ਚੀਜ਼ ਹੀ ਨਹੀਂ ਜੀ। ਤੁਸੀਂ ਉਹਨਾਂ ਨੇ ਇੱਕ ਪਾਲਾ ਵਗਲਤਾ, ਤੁਸੀਂ ਉਹਦੇ ਵਿੱਚ ਖੇਡੀ, ਅਤੇ ਬੰਦੇ ਨੂੰ ਐਂ ਲੱਗਦਾ ਮੈਂ ਆਜ਼ਾਦ ਹਾਂ। ਮੈਂ ਪਾਲਾ ਕਿਹਨੇ ਵਗਲਿਆ ਅਤੇ ਰੈਫਰੀ ਕੌਣ ਹੈ? ਗਰਾਊਂਡ ਵੀ ਉਹਨਾਂ ਦਾ ਹੈ ਅਤੇ ਪਾਲਾ ਵੀ ਉਹਨਾਂ ਨੇ ਵਗਲਿਆ ਅਤੇ ਰੈਫਰੀ ਵੀ ਉਹਨਾਂ ਦੇ ਹੈ, ਫਿਰ ਤੁਹਾਨੂੰ ਇਨਸਾਫ ਕਿੱਥੋਂ ਮਿਲ ਜੂਗਾ? ਸੋ ਇਸ ਕਰਕੇ ਜਿਹੜੀ ਇਹ ਸਾਰੀ ਕਵੈਤ ਚੱਲ ਰਹੀ ਹੈ ਪੰਜਾਬ 'ਚ ਨਾ ਚੋਣਾਂ ਦੀ, ਆਪਣਾ ਮਤਲਬ ਇਹ ਹੈ ਵੀ ਥੋੜ੍ਹਾ ਜਿਹਾ ਉਹ ਚਲਾਓ ਤੁਸੀਂ, ਐਂ ਨਹੀਂ ਆਪਾਂ ਸਾਡੇ ਕਹੇ ਉਹ ਰੁਕ ਜਾਣਗੇ, ਪਰ ਥੋੜ੍ਹਾ ਜਿਹਾ ਇਹਨੂੰ ਆਹ ਸੋਚੋ ਜਾ, ਇਹਦਾ ਇਹਦਾ ਤੁਸੀਂ ਰਾਜ 'ਚ ਵੀ ਆ ਜਾਓ, ਤੁਸੀਂ ਸਤਾ ਵੀ ਲੈ ਲਓ, ਇਹਦਾ ਹੋਊ ਕੀ ਗਾਂ ਜਾ ਕੇ? ਤੁਸੀਂ ਸਿਸਟਮ ਨੂੰ ਸਮਝੋ, ਉਹਨਾਂ ਨੇ ਬਹੁਤ ਇੰਤਜ਼ਾਮ ਕੀਤੇ ਹੋਏ ਨੇ। ਸੋ ਉਹਦੇ ਉਹ ਤੁਸੀਂ ਉਹਦੇ ਪੈਰਾਮੀਟਰਸ, ਉਹ ਦਾਇਰੇ ਦੀ ਉਲੰਘਣਾ ਨਹੀਂ ਕਰ ਸਕਦੇ, ਉਹਦੇ ਫਿਰ ਇੰਤਜ਼ਾਮ ਕੀਤੇ ਹੋਏ ਆ ਉਹਨਾਂ ਨੇ ਸਾਰੇ, ਉਹਦੇ ਵਿੱਚ ਵਿੱਚ ਹੁਣ ਤਾਂ ਉਹਦੇ ਵਿੱਚ ਨਹੀਂ ਖੇਡਣ ਦਿੰਦੇ, ਉਹ ਤਾਂ ਗਾਂ ਉਹ ਦਾਇਰੇ 'ਚ ਇੱਕ ਬੀਜੇਪੀ ਨੇ ਆਪਦਾ ਦਾਇਰਾ ਹੋਰ ਮਿਲ ਲਿਆ ਵੀ ਅਸੀਂ ਉੱਥੋਂ ਵੀ ਨਹੀਂ ਬਾਹਰ ਜਾਣ ਦੇਣਾ। ਸੋ ਇਹ ਇੱਕ ਹੈਗਾ। ਸੋ ਮੇਰਾ ਇਹ ਆਪਾਂ ਇਹਨੂੰ ਬਾਹਲੀ ਲੰਮੀ ਚੌੜੀ ਤਾਂ ਮਸਲਾ ਤਾਂ ਹੈਗਾ ਇਹ ਵੱਡਾ, ਜਿਹੜਾ ਆਪਾਂ ਨੇ ਕਦੇ ਕਿਸੇ ਰੂਪ 'ਚ ਕਦੇ ਕਿਸੇ ਰੂਪ 'ਚ ਆਪਾਂ ਪੱਖ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਵੀ ਤੁਸੀਂ ਕਿਹਾ ਲੋਕਾਂ ਦੇ ਜਮਹੂਰੀ ਹੱਕ ਕਿਵੇਂ, ਹੁਣ ਤੁਹਾਡੇ ਮਨ 'ਚ ਇਹ ਵੀ ਜਮਹੂਰੀ ਹੱਕਾਂ ਤੋਂ ਵੱਡੀ ਕੋਈ ਗੱਲ, ਫਿਰ ਇਹ ਵੀ ਮਨੁੱਖੀ ਅਧਿਕਾਰ, ਉਹ ਹੁਣ ਉਹ ਟਰਮ ਕਿੱਥੋਂ ਆਈ, ਕਿਵੇਂ ਆਈ, ਅਤੇ ਸਾਡੇ ਸਾਡਾ ਕਨਸੈਪਟ ਕੀ ਹੈ? ਸੋ ਜਿਹੜਾ ਸਿੱਖੀ ਦੇ ਵਿੱਚ ਡੈਮੋਕ੍ਰੇਸੀ ਦਾ ਆਪਾਂ ਇਹਦੇ ਬਾਰੇ ਅੱਜ ਉਹ ਨਹੀਂ ਕਰਦੇ, ਇਹਦੀ ਕੋਈ ਵਿਆਖਿਆ ਨਹੀਂ ਕਰਦੇ, ਸਿਰਫ ਸਟੇਟ ਕਰਦੇ ਹਾਂ, ਬਿਆਨ ਨਹੀਂ ਕਰਦੇ, ਉਹ ਕਿਸੇ ਅਹੀ ਜੀ ਘਾੜਤ 'ਚੋਂ ਸਕੀਮ 'ਚੋਂ ਨਹੀਂ ਆਈ ਵੀ ਅਮੀਰ ਨੇ ਗਰੀਬ ਉੱਤੇ ਰਾਜ ਕਿਵੇਂ ਰੱਖਣਾ ਹੈ, ਹੈ ਮਨੋਰਟੀ 'ਚ ਪਰ ਮਜੋਰਟੀ 'ਤੇ ਰਾਜ ਕਰਨਾ ਹੈ, ਉਹ ਕਿਹੋ ਜਿਹੀਆਂ ਯੋਗਤਾਂ ਅਪਣਾਵੇ, ਇਹ ਡੈਮੋਕ੍ਰੇਸੀ ਜਾਂ ਆਜ਼ਾਦੀ ਜਾਂ ਜਮਹੂਰੀਅਤ ਬੰਦੇ ਦੀ ਲੋੜ ਹੈ, ਉਹਦਾ ਹੱਕ ਹੈ, ਇਕੱਲਾ ਲੋੜ ਨਹੀਂ ਉਹਦਾ ਹੱਕ ਹੈ। ਕਿਉਂ? ਕਿਉਂਕਿ ਸ੍ਰਿਸ਼ਟੀ ਦੀ ਰਚਨਾ ਹੀ ਇਸ ਤਰ੍ਹਾਂ ਹੋਈ ਹੈ, ਕੁਛ ਵੀ ਗੁਲਾਮ ਨਹੀਂ ਸਿਰਜਿਆ ਗਿਆ, ਕੁਛ ਨਾ ਜੀਵ ਜੰਤੂ, ਨਾ ਪੌਦਾ, ਕੋਈ ਬਣਤਰ ਅਤੇ ਨਾ ਬੰਦੇ,
ਕੁਦਰਤ ਨੇ ਨਹੀਂ ਇਹ ਸਿਰਜੇ ਵੀ ਤੁਸੀਂ ਆ ਆ ਜਿਹੜੇ ਤੁਹਾਡੇ ਤੇ ਰਾਜ ਕਰਨਗੇ ਤੇ ਆਹ ਬੰਦੇ ਥੱਲੇ ਰਹਿਣਗੇ। ਇਹ ਤਾਂ ਬੰਦੇ ਨੇ ਆਪਦੀਆਂ ਲਾਲਸਾਵਾਂ ਚੋਂ, ਆਪਦੀ ਗਰੀਡ ਚੋਂ, ਆਪਦੇ ਸਵਾਰਥ ਚੋਂ ਉਹ ਸਿਸਟਮ ਡਿਵੈਲਪ ਕਰ ਲਏ ਵੀ ਅਸੀਂ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਣਾ। ਸੋ ਦੈਟ ਵੇ ਸਿਰਜਣਹਾਰ ਦੀ ਜੋ ਡਿਜ਼ਾਇਨ ਸੀ ਜਦੋਂ ਸ੍ਰਿਸ਼ਟੀ ਰਚੀ ਗਈ ਹੈ ਉਹਦੇ 'ਚ ਸ਼ਾਮਿਲ ਨਹੀਂ ਸੀ, ਉਹਦੇ 'ਚ ਸੀ ਵੀ ਹਰ ਇੱਕ ਨੂੰ ਜਿਹੜੀ ਵੀ ਸ੍ਰਿਸ਼ਟੀ ਦੇ ਵਿੱਚ ਚੀਜ਼ ਆ ਗਈ ਉਹਨੂੰ ਇੱਕ ਤਾਂ ਉਹ ਸਿਰਜਣਹਾਰ ਨੇ ਉਹਨੂੰ ਹੱਕ ਦੇਤਾ ਹੋਣ ਦਾ ਹੱਕ, ਕੁਛ ਵੀ ਹੈ ਨਹੀਂ ਤਾਂ ਹੋਣੀ ਨਹੀਂ ਸੀ, ਆਉਣੀ ਨਹੀਂ ਸੀ। ਇੱਕ ਹੱਕ ਤਾਂ ਉਹਨੂੰ ਦੇਤਾ ਨਾ ਵੀ ਉਹਨੂੰ ਹੋਣ ਦਾ ਹੱਕ, ਸੋ ਉਹ ਉਹਦੀ ਹੱਕਦਾਰ ਹੈ। ਅਤੇ ਦੂਜਾ ਇਹ ਹੈ ਕਿ ਉਹਦੇ ਉੱਤੇ ਕੋਈ ਦੂਜਾ ਦਾਬਾ ਪਾਵੇ, ਇਹ ਕੁਦਰਤ ਦੇ ਇਹ ਸਿਰਜਣਹਾਰ ਦੇ ਡਿਜ਼ਾਇਨ 'ਚ ਇਹ ਨਹੀਂ ਸੀ। ਜਿੱਥੋਂ ਤੱਕ ਮਨੁੱਖ ਦੀ ਗੱਲ ਹੈ ਇਹ ਆਪਣੇ ਗੁਰਬਾਣੀ 'ਚ ਵਾਰ ਵਾਰ ਕਿਹਾ ਗਿਆ ਵੀ ਮਨੁੱਖੀ ਜਨਮ ਹੀ ਕਿਹੋ ਜਿਹਾ ਜਨਮ ਹੈ ਜਿਹੜਾ ਚਿਰਾਂ ਬਾਅਦ ਕਿਤੇ ਮਿਲਦਾ 84 ਦੇ ਗੇਟ ਤੋਂ ਬਾਅਦ। ਇੱਥੇ ਇੱਕ ਸੰਭਾਵਨਾ ਦੇਤੀ ਪਰ ਸਿਰਜਣਹਾਰ ਨੇ ਵੀ ਆਹ ਜਨਮ 'ਚ ਤੂੰ ਜੇ ਇਹ ਗੇਟ 'ਚੋਂ ਨਿਕਲਣਾ ਚਾਹੇ ਨਿਕਲ ਸਕਦਾ। ਇਹ ਕਿਸੇ ਭੇਡ ਨੂੰ, ਕਿਸੇ ਬੱਕਰੀ ਨੂੰ, ਕਿਸੇ ਕੁੱਤੇ ਨੂੰ, ਕਿਸੇ ਕਾਂ ਨੂੰ, ਕਿਸੇ ਨੂੰ ਨਹੀਂ ਹੋਰ, ਉਹਨਾਂ ਨੂੰ ਤਾਂ ਜੋ ਦੇਤੀ ਜ਼ਿੰਦਗੀ ਉਹਨਾਂ ਨੇ ਉਵੇਂ ਜਿਉਂ ਲੈਣੀ ਹੈ ਬਸ। ਪਰ ਮਨੁੱਖ ਨੇ ਇਹ ਤੋਂ ਇਹ ਜਨਮ ਮਰਨ ਦੇ ਗੇਟ ਤੋਂ ਨਿਕਲ ਸਕਦਾ ਕਿਵੇਂ, ਜੇ ਉਹਦੇ 'ਚ ਪੂਰੀ ਮਨੁੱਖਤਾ ਪ੍ਰਫੁੱਲਤ ਹੋ ਜਾਵੇ, ਜੋ ਸੰਭਾਵਨਾਵਾਂ ਸਿਰਜਣਹਾਰ ਨੇ ਭਰ ਕੇ ਤੋਰੀਆਂ ਉਹ ਪੂਰੀਆਂ ਪ੍ਰਫੁੱਲਤ ਨਹੀਂ ਹੁੰਦੀਆਂ, ਮੌਕਾ ਨਹੀਂ ਮਿਲਦਾ, ਬਲਕਿ ਪਰਿਵਾਰ 'ਚ ਹੀ ਦਬਾ ਦਿੱਤੀਆਂ ਜਾਂਦੀਆਂ। ਕੁਛ ਤਾਂ ਸਿਸਟਮ ਹੈ ਨਾ, ਹੁਣ ਜਿਵੇਂ ਮਰਦ ਪ੍ਰਧਾਨ ਹੈ ਸਮਾਜ 'ਚ, ਉੱਥੇ ਔਰਤ ਨੂੰ ਉਂਝ ਹੀ ਪਤਾ ਵੀ ਲੱਗਦਾ, ਮਤਲਬ ਸਿਸਟਮ 'ਚ ਹੀ ਹੈ, ਬੱਚਾ ਉਹਨੇ ਬਾਪ ਤੋਂ ਡਰ ਕੇ ਰਹਿਣਾ ਹੀ ਹੈ। ਸੋ ਇਸ ਤਰ੍ਹਾਂ ਦੇ ਇੱਕ ਇਹ ਸਿਲਸਿਲੇ ਚੱਲਦੇ ਨੇ ਜਿੱਥੇ ਜਿਹੜੀਆਂ ਤੁਹਾਡੇ 'ਚ ਸੰਭਾਵਨਾਵਾਂ ਸਿਰਜਣਹਾਰ ਨੇ ਪਾਤੀਆਂ ਉਹ ਪੂਰੀਆਂ ਖਿੜਦੀਆਂ ਨਹੀਂ, ਤੁਸੀਂ ਪੂਰੇ ਸੰਪੂਰਨ ਮਨੁੱਖ ਨਹੀਂ ਬਣਦਾ। ਅਤੇ ਜਿੰਨਾ ਚਿਰ ਬੰਦਾ ਸੰਪੂਰਨ ਨਹੀਂ ਹੋ ਤਾਂ ਉਹ ਆਤਮਾ ਪਰਮਾਤਮਾ ਪਰਮ ਆਤਮਾ ਨਾਲ ਉਹਦਾ ਬਲੀਨ ਉਹਦਾ ਮੇਲ ਕਿਵੇਂ ਹੋ ਜੂਗਾ ਭਲਾ। ਉਹਦੇ ਵਾਸਤੇ ਤਾਂ ਸੰਪੂਰਨਤਾ ਚਾਹੀਦੀ ਹੈ ਨਾ, ਵੀ ਉਹਦੇ ਵਾਸਤੇ ਫਿਰ ਹਰ ਕਿਸਮ ਦੇ ਦਾਬੇ ਗਲਬੇ ਪ੍ਰਭਾਵਾਂ ਤੋਂ ਮੈਲੇ ਜੋ ਵੀ ਇਸ ਕਿਸਮ ਦੇ ਹੈਗੇ ਨੇ ਉਹ ਤੋਂ ਮੁਕਤ ਹੋ। ਸੋ ਇਸ ਕਰਕੇ ਇਹ ਜ਼ਰੂਰੀ ਹੈ ਇੱਕ ਜਮਹੂਰੀ ਵਾਯੂ ਮੰਡਲ ਮਨੁੱਖ ਵਾਸਤੇ, ਉਹ ਤਾਂ ਹੀ ਪੂਰਾ ਮਨੁੱਖ ਸੰਪੂਰਨ ਮਨੁੱਖ ਬਣ ਸਕਦਾ, ਨਹੀਂ ਉਹਦੇ 'ਚ ਅਪੂਰਨਤਾਵਾਂ ਰਹਿਣਗੀਆਂ। ਅਤੇ ਜਿੰਨਾ ਚਿਰ ਅਪੂਰਨਤਾਵਾਂ ਰਹਿਣਗੀਆਂ ਉਹ ਪਰਮਾਤਮਾ ਦੀ ਉਹਦੇ 'ਚ ਮਿਲ ਨਹੀਂ ਸਕਦਾ, ਉਹਦੇ ਨਾਲ ਭੇਦ ਨਹੀਂ। ਸੋ ਉਹ ਫਿਰ ਉਹਨੂੰ ਜਨਮ ਲੈਣਾ ਕੋਈ, ਉਹ ਫਿਰ ਗੇਟ 'ਚੋਂ ਨਿਕਲ। ਸੋ ਹੁਣ ਤੁਸੀਂ ਇਹ ਦੇਖੋ ਵੀ ਸਿੱਖੀ ਦਾ ਜਿਹੜਾ ਵਿਊ ਹੈ, ਦ੍ਰਿਸ਼ਟੀਕੋਣ ਹੈ, ਜਮਹੂਰੀਅਤ ਜਿਹਨੂੰ ਆਪਾਂ ਜੇ ਸ਼ਬਦ ਵੀ ਵਰਤ ਲਈਏ ਉਹ ਕਿੱਡਾ ਵੱਡਾ, ਕਿਸੇ ਦਾ ਕੋਈ ਇਹਦੇ 'ਚ ਉਹ ਨਹੀਂ, ਮਤਲਬ ਕੋਈ ਕਪਟ ਨਹੀਂ, ਕੋਈ ਇਹਦੇ 'ਚੋਂ ਮਿੱਥ ਕੇ ਵੀ ਇਹਨੂੰ ਐਂ ਕਰੋ, ਅਤੇ ਹਰ ਇੱਕ ਵਾਸਤੇ ਹੈ, ਭਾਵੇਂ ਕੀੜੀ ਹੈ ਇੱਥੇ ਕੋਈ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਰਾਜਾ ਹੈ, ਰੰਗ ਕੁਛ ਹੈ, ਭਾਵੇਂ ਇਹ ਹਰ ਇੱਕ ਦਾ ਰੰਗ। ਸੋ ਇਹ ਮੈਂ ਆਪਾਂ ਜੇ ਇੰਨੀ ਗੱਲ ਕੀਤੀ ਹੈ, ਇਹ ਸਾਰੇ ਮਸਲਿਆਂ ਬਾਰੇ ਆਪਾਂ ਨੂੰ ਜੇ ਵਾਹਿਗੁਰੂ ਨੇ ਕੋਈ ਸਮਾਂ ਦਿੱਤਾ, ਸਾਰੀਆਂ ਗੱਲਾਂ ਹੀ ਜਿਹੜੀਆਂ ਸਾਡੇ ਦਿਮਾਗਾਂ 'ਚ ਪਾਤੀਆਂ ਅਸੀਂ ਪ੍ਰਵਾਨ ਕਰ ਲਈਆਂ, ਮਤਲਬ ਉਹ ਹੀ ਪਾਲਾ ਵਗਲਤਾ ਉਹਨਾਂ ਨੇ, ਅਤੇ ਅਸੀਂ ਉਹਦੇ ਵਿੱਚ ਖੇਡੀ ਜਾਂਦੇ ਹਾਂ ਅਤੇ ਇਹ ਭਰਮ ਪਾਲੀ ਜਾਂਦੇ ਹਾਂ ਕਿ ਇਸ ਦਾ ਯਾਦ ਆ। ਸੋ ਅਸੀਂ ਆਪਦੇ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ, ਜਿਉਂ ਰਹੇ ਸਾਡੀ ਪ੍ਰੋਗਰਾਮਿੰਗ ਹੋ ਚੁੱਕੀ ਹੈ ਐਜੂਕੇਸ਼ਨ ਰਾਹੀਂ, ਮੀਡੀਏ ਰਾਹੀਂ ਅਤੇ ਪਬਲਿਕ ਡਿਸਕੋਰਸ ਰਾਹੀਂ। ਸੋ ਇੰਨੀਆਂ ਕਿ ਸੰਕੇਤ ਮਾਤਰ ਹੀ ਗੱਲਾਂ ਮੇਰਾ ਖਿਆਲ, ਅਤੇ ਆਪਾਂ ਇਹਨੂੰ ਫਿਰ ਆਉਣ ਵਾਲੇ ਪ੍ਰੋਗਰਾਮਾਂ 'ਚ ਹੋਰ ਅੱਗੇ ਵਧੇੜੀ ਜਾਵਾਂਗੇ। ਹਾਂਜੀ।
ਸੋ ਇੰਨੀਆਂ ਕੁ ਮੈਂ ਵਿਚਾਰਾਂ ਨਾ ਕਰਨੀਆਂ ਸੀ। ਬਾਕੀ ਤੁਹਾਡਾ ਜਿਹੜਾ ਕੋਈ ਹੋਰ ਸਵਾਲ ਹੋਊਗਾ ਉੱਥੇ ਆਪਾਂ ਕਰ ਸਕਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।